ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਵਿੱਚ ਸਵਾਗਤ ਹੈ ਜੀ ਚਰਚਾ ਦਾ ਦੇਸ਼ ਦੀ ਵਿਕਾਸ ਦਰ ਨੂੰ ਲੈ ਕੇ ਬਹੁਤ ਵੱਡੀ ਛੜੀ ਹੋਈ ਹੈ ਕਿ ਦੇਸ਼ ਦੀ ਵਿਕਾਸ ਦਰ ਥੱਲੇ ਜਾ ਰਹੀ ਹੈ ਤੇ ਮੋਦੀ ਜੀ ਦੀ ਗ੍ਰਾਫ ਆਪਣੇ ਆਪ ਹੀ ਉੱਪਰ ਚਾਈ ਜਾਂਦਾ ਇਹ ਚਰਚਾ ਬਹੁਤ ਵੱਡੀ ਛੜੀ ਹੈ ਤੇ ਨਾਲ ਹੀ 1370 ਵਾਲਾ ਮਾਮਲਾ ਅਜੇ ਵੀ ਗਰਮ ਆਇਆ ਤੇ ਦਿੱਲੀ ਦੇ ਵਿੱਚ ਰਵਿਦਾਸ ਮੰਦਿਰ ਨੂੰ ਲੈ ਕੇ ਖਾਸੀਆਂ ਸਰਗਰਮੀਆਂ ਅਜੇ ਵੀ ਤੇਜ਼ ਨੇ ਕਿ ਮੰਦਿਰ ਉਸੇ ਥਾਂ ਤੇ ਬਣਨਾ ਚਾਹੀਦਾ ਤੇ ਕੁਝ ਧਿਰਾਂ ਚਾਹੁੰਦੀਆਂ ਨੇ ਕਿ ਬਦਲਵੇਂ ਥਾਂ ਤੇ ਬਣਾ ਲਈਏ ਮਸਲਾ ਪਾਕਿਸਤਾਨ ਵਾਲਾ ਵੀ ਬਹੁਤ ਗੰਭੀਰਾ ਚਾਹੇ ਕਰਤਾਰਪੁਰ ਸਾਹਿਬ ਦੇ ਲੰਘੇ ਦਾ ਹੋਵੇ ਤੇ ਚਾਹੇ ਕੁੜੀ ਨਾਲ ਜੁੜਿਆ ਹੋਵੇ ਜਿਹੜਾ ਸਿੱਖ ਪਛਤਰ ਦੀ ਕੁੜੀ ਨੂੰ ਅਗਵਾ ਕਰਕੇ ਜਬਰੀ ਨਿਕਾਹ ਕਰਨ ਦਾ ਮਾਮਲਾ ਇਹ ਸਾਰੇ ਮਾਮਲੇ ਜਿੱਥੇ ਚਰਚਾ ਵਿੱਚ ਨੇ ਉੱਥੇ ਕਈ ਵਾਰ ਅੰਗੋਲੀਆਂ ਰਹਿ ਜਾਂਦੀਆਂ ਜਿਹੜੀਆਂ ਚਰਚਾ ਵਿੱਚ ਪੰਜਾਬ ਦੇ ਲੈਵਲ ਤੇ ਸਿਆਸੀ ਤੌਰ ਤੇ ਚੱਲ ਰਹੀਆਂ ਨੇ ਬਿਲਕੁਲ ਜੀ ਆਮ ਆਦਮੀ ਪਾਰਟੀ ਮੇਸ਼ਕ ਸੱਤਾ 'ਚ ਨਹੀਂ ਆਈ ਪਰ ਚਰਚਾ ਵਿੱਚ ਹਮੇਸ਼ਾ ਰਹੀ ਦੂਏ ਨੰਬਰ ਤੇ ਰਹਿ ਕੇ ਵਿਰੋਧੀ ਤਰ੍ਹਾਂ ਦਾ ਉਹਦਾ ਹਾਸਲ ਕਰਕੇ ਵੀ ਚਰਚਾ 'ਚ ਰਹਿਣ ਵਾਲੀ ਆਮ ਆਦਮੀ ਪਾਰਟੀ ਅੱਜ ਖਿਰਦੀ ਖਿਰਦੀ ਖਿੰਡਦੀ ਜਾ ਰਹੀ ਹੈ ਤੇ ਇਸ ਇਕ ਅਮਨ ਅਰੋੜਾ ਜਦੋਂ ਪੰਜਾਬ ਦੇ ਵਿੱਚ ਉਹਨਾਂ ਨੇ ਬਿਜਲੀ ਵਾਲੇ ਮਾਮਲਿਆਂ ਤੇ ਧਰਨੇ ਲਾਉਣੇ ਸੀ ਤਦ ਅਚਾਨਕ ਉਹਨਾਂ ਨੂੰ ਉਸ ਦੇ ਵਿੱਚੋਂ ਬਾਹਰ ਰੱਖਿਆ ਜਾਂਦਾ ਤੇ ਇਸ ਨੂੰ ਲੈ ਕੇ ਚਰਚਾ ਪੰਜਾਬ 'ਚ ਛੜਦੀ ਹੈ ਕਿ ਅਮਨ ਅਰੋੜਾ ਹੁਣ ਆਮ ਆਦਮੀ ਪਾਰਟੀ ਤੋਂ ਬਾਹਰ ਆਉਣਗੇ ਸ਼ਾਇਦ ਵਾਪਸ ਆਪਣੀ ਪੁਰਾਣੀ ਪਾਰਟੀ ਕਾਂਗਰਸ ਵੱਲ ਨੂੰ ਪਰਤ ਜਾਣ ਪਰ ਪਾਸਾ ਪਲਟਦਾ ਲੱਗ ਰਿਹਾ ਹੈ ਕਿਤੇ ਇਹ ਤਾਂ ਨਹੀਂ ਜਿਹੜੇ ਅਮਨ ਰੋੜਾ ਦੀ ਇਹ ਚਰਚਾ ਸੀ ਕਿ ਉਹ ਬਾਹਰ ਜਾ ਰਹੇ ਨੇ ਹੁਣ ਹੋ ਸਕਦਾ ਵਿਰੋਧੀ ਧਿਰ ਦੇ ਲੀਡਰ ਨਾ ਬਣ ਜਾਣ ਇਹ ਵੀ ਹੋ ਸਕਦਾ ਪਰ ਇਸ ਮਸਲੇ ਨੂੰ ਸਭ ਤੋਂ ਜ਼ਿਆਦਾ ਨੇੜੇ ਤੋਂ ਦੇਖਣ ਵਾਲੇ ਚੋਣਾ ਤੋਂ ਲੈ ਕੇ ਹੁਣ ਤੱਕ ਜਿਹੜੇ ਆਮ ਆਦਮੀ ਪਾਰਟੀ ਦੀ ਸਾਰੀ ਕਾਰਗੁਜ਼ਾਰੀ ਤੇ ਨਜ਼ਰ ਰੱਖਦੇ ਨੇ ਸਾਡੇ ਇਸ ਖੇਤਰ ਦੇ ਪੰਜਾਬ ਦੇ ਨਾਮਵਰ ਤੇ ਮਾਹਰ ਪੱਤਰਕਾਰ ਤ੍ਰਿloਚਨ ਸਿੰਘ ਜੀ ਸਾਡੇ ਨਾਲ ਨੇ ਉਹਨਾਂ ਨਾਲ ਕਰਾਂਗੇ ਸਾਰੇ ਮਾਮਲੇ ਤੇ ਚਰਚਾ ਤ੍ਰਿloਚਨ ਬਾਜੀ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਤੁਸੀਂ ਜਿੰਨੀ ਗੰਭੀਰਤਾ ਨਾਲ ਇਸ ਇਸ਼ੂ ਤੇ ਕੰਮ ਕਰ ਰਹੇ ਸੀਗੇ ਉਸ ਦੇ ਵਿੱਚੋਂ ਤੁਸੀਂ ਇਹਨਾਂ ਦੇ ਸਾਰਾ ਕੁਝ ਦੇਖਿਆ ਕਦੇ ਭਗਵੰਤ ਮਾਨ ਦਾ ਪਲੜਾ ਪਾਰੀ ਹੋ ਰਿਹਾ ਹੈ ਕਦੇ ਖੈਰਾ ਉੱਪਰ ਜਾ ਰਿਹਾ ਹੈ ਕਦੇ ਕੋਈ ਬਾਹਰ ਜਾ ਰਿਹਾ ਕੋਈ ਅੰਦਰ ਆ ਰਿਹਾ ਕਦੇ ਕੁਗਗੀ ਦੀ ਆਮਦ ਕਦੇ ਛੋਟੇਪੁਰ ਦੀ ਬਾਹਰ ਜਾਣਾ ਇਹ ਸਾਰਾ ਕੁਝ ਤੁਸੀਂ ਜਦੋਂ ਦੇਖ ਰਹੇ ਸੀ ਹੁਣ ਫਿਰ ਸਥਿਤੀ ਉੱਥੇ ਆ ਰਹੀ ਹੈ ਕਿ ਜਿਹੜਾ ਲੀਡਰ ਲੱਗਦਾ ਆਪ ਚ ਉੱਭਰ ਰਿਹਾ ਉਸੇ ਦੇ ਪਰ ਕੁਤਰ ਦੋ ਅਮਨ ਅਰੋੜਾ ਇੱਕ ਵਾਰ ਲੱਗਿਆ ਸੀ ਕਿ ਹੁਣ ਇਹ ਮੁਰਲੀ ਸਫਾ ਚਾਉਣ ਵਾਲੇ ਨੇ ਪਾਰਟੀ ਦੀ ਅਗਵਾਈੇ ਕਰਨ ਵਾਲੇ ਨੇ ਫਿਰ ਪਤਾ ਲੱਗਾ ਕਿ ਉਹਨਾਂ ਨੂੰ ਤਾਂ ਲਾਂਬੇ ਕਰ ਦਿੱਤਾ ਗਿਆ ਜੀ ਅੰਦੋਲਨ ਦੀ ਕਮੇਟੀ ਚੋਂ ਹੀ ਬਾਹਰ ਕਰਤਾ ਜਾਂ ਉਹਨਾਂ ਤੋਂ ਬਿਨ ਇਹ ਸਾਰੇ ਨੂੰ ਲੱਗ ਰਿਹਾ ਸੀਗਾ ਕਿ ਅਮਨ ਅਰੋੜਾ ਹੁਣ ਬਾਹਰ ਹੋਣਗੇ ਪਾਰਟੀ ਚ ਪਰ ਅੱਜ ਕੱਲ ਕਹਿੰਦੇ ਕਿ ਉਹਨਾਂ ਦਾ ਫਿਰ ਕਦਮ ਵਧਣਾ ਸ਼ੁਰੂ ਹੋਇਆ ਕੀ ਹੈ ਸਾਰਾ ਮਾਮਲਾ ਅਮਨ ਅਰੋੜਾ ਨੂੰ ਲੈ ਕੇ ਦੀਪਕ ਜੀ ਇਹ ਪਾਰਟੀ ਬੜੀ ਰੋਚਕ ਪਾਰਟੀ ਹੈ ਹਮਮ ਮੈਂ ਇਹਨੂੰ ਕਵਰ ਕਰਨ ਲੱਗਿਆ ਬੜਾ ਇੰਜੋਏ ਕਰਦਾ ਹਾਂ ਔਰ ਮੇਰੀ ਅਖਬਾਰ ਪੰਜਾਬੀ ਟ੍ਰਿਬਿਊਨ ਦੀ ਮੇਰੀ ਡਿਊਟੀ ਲਈ ਆਮ ਆਦਮੀ ਪਾਰਟੀ ਨੂੰ ਕਵਰ ਕਰ ਰਿਹਾ ਤੇ ਜਿਹੜੀ ਬੀਟ ਹੋਵੇ ਨਾ ਜਰਨਲਿਸਟ ਦੀ ਜੀ ਉਹਨੂੰ ਹੁੰਦਾ ਵੀ ਉਹਦੇ ਲਈ ਖਬਰ ਕੱਢਣੀ ਖੋਜਣੀ ਭੱਜ ਨੱਟ ਕਰਨਾ ਸਾਰੇ ਪਹਿਲੂ ਇਕੱਠੇ ਹੋਣ ਮੇਰੇ ਕੋਲ ਪਰ ਇਹ ਕਮਾਲ ਦੀ ਪਾਰਟੀ ਹੈ ਆਪੇ ਕਰਦੀ ਰੋਜ਼ ਇੱਕ ਨਵੀਂ ਨਕੋਰ ਖਬਰ ਦੇ ਦਿੰਦੀ ਹੈ ਤੇ ਸਾਨੂੰ ਬਹੁਸੀ ਭੱਜ ਨੱਠ ਨਹੀਂ ਕਰਨੀ ਕਰਨੀ ਮੈਂ ਕਈ ਵਾਰੀ ਕਿਹਾ ਵੀ ਆਮ ਆਦਮੀ ਪਾਰਟੀ ਇੱਕ ਏਦਾਂ ਦੀ ਪਾਰਟੀ ਹੈ ਜਿੰਨੂੰ ਕਿਸੇ ਬਾਹਰੀ ਦੁਸ਼ਮਣ ਦੀ ਲੋੜ ਨਹੀਂ ਇਹ ਆਪਣੀ ਦੁਸ਼ਮਣ ਆਪ ਹੀ ਹੈ ਚਲੋ ਰੱਬ ਵਾਲਾ ਕਰੇ ਪੰਜਾਬ ਨੂੰ ਵਿਰੋਧੀ ਧਿਰ ਚਾਹੀਦੀ ਹੈ ਬੜੇ ਤਕੜੀ ਚਾਹੀਦੀ ਹੈ ਬੜੇ ਫੁੱਲੇ ਪਿਛਲੇ ਦਿਨਾਂ ਚ ਵੀ ਬੜੀਆਂ ਅਜੀਬ ਘਟਨਾਵਾਂ ਵਾਪਰ ਗਈਆਂ ਇਸ ਪਾਰਟੀ 'ਚ ਪਹਿਲੋਂ ਤੇ ਇੱਕ ਵਾਰ ਬਹੁਤ ਨਿਖਾਰ 'ਚ ਆ ਇਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਜਿਹੜੇ ਸੰਸਦ ਮੈਂਬਰ ਬਹੁਤ ਵੱਡੇ ਮਾਰਜਿਨ ਨਾਲ ਜਿੱਤੇ ਨੇ ਸੰਗੂਰ ਤੋਂ ਉਹਨਾਂ ਨੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਬਹੁਤ ਜੋਸ਼ ਚ ਕਿਹਾ ਵੀ ਹੁਣ ਆਮ ਆਦਮੀ ਪਾਰਟੀ ਵਲੰਟੀਅਰ ਦੇ ਆਧਾਰ ਤੇ ਨਹੀਂ ਆਮ ਆਦਮੀ ਆਰਮੀ ਦੇ ਤੌਰ ਤੇ ਕੰਮ ਕਰੇ ਇੱਕ ਨਵੀਂ ਚਰਚਾ ਛੇੜ ਕੇ ਵੀ ਇਹ ਆਰਮੀ ਕਿੱਦਾਂ ਦੀ ਬਣਨੀ ਹੈ ਤੇ ਉਹਦੇ ਚ ਬਕਾਇਦਾ ਕਿਹਾ ਗਿਆ ਵੀ ਇਸ ਆਰਮੀ ਦੇ ਹਰੇਕ ਪਿੰਡ 'ਚ ਹਰੇਕ ਕਸਬੇ 'ਚ ਹਰੇਕ ਸ਼ਹਿਰ 'ਚ ਹਰੇਕ ਜ਼ਿਲ੍ਹੇ 'ਚ ਸੈਨਾਪਤੀ ਹੋਣਗੇ ਇੱਕ ਸਟੇਟ ਕਮੇਟੀ ਵੀ ਬਣਾਤੀ ਨਵੀਂ ਉਹ ਉਹਦੀ ਉਹਦੀ ਹਾਲੇ ਚਰਚਾ ਚੱਲ ਹੀ ਰਹੀ ਸੀ ਔਰ ਇਸੇ ਦੌਰਾਨ ਆ ਇੱਕ ਚਰਚਾ ਇਹ ਚੱਲ ਗਈ ਇਹਨਾਂ ਦੇ ਜਸਬੀਰ ਸਿੰਘ ਵੀਰ ਜਿਹੜੇ ਨੇ ਹਲਕਾ ਆਈਐਸ ਅਫਸਰ ਨੇ ਉਹ ਕਹਿੰਦੇ ਨੇ ਵੀ ਮੈਂ ਇਸ ਪਾਰਟੀ ਦੇ ਅਨੁਸ਼ਾਸਨੀ ਕਮੇਟੀ ਦਾ ਚੇਅਰਮੈਨ ਹਾਂ ਔਰ ਕਹਿੰਦੇ ਮੈਨੂੰ ਬਣਾਇਆ ਵੀ ਅਮਨ अरोड़ा ਸਾਹਿਬ ਨੇ ਹੈ ਜਦੋਂ ਉਹ ਕੋ-ਕਨਵੀਨਰ ਸਨ ਜਦੋਂ ਕੇਜਰੀਵਾਲ ਸਾਹਿਬ ਨੇ ਅਮਨ अरोड़ा ਜੀ ਨੂੰ ਜਥੇਬੰਦਕ ਢਾਂਚਾ ਪੰਜਾਬ ਦਾ ਬਣਾਉਣ ਦੇ ਪੂਰੇ ਅਧਿਕਾਰ ਤਿਆਰ ਦਿੱਤੇ ਸੀ ਵੀਰ ਹੁਣਾਂ ਨੇ ਇੱਕ ਬਿਆਨ ਦਿੱਤਾ ਵੀ ਅਮਨ अरोड़ा ਸਾਹਿਬ ਨੇ ਹਰਪਾਲ ਚੀਮਾ ਤੇ ਨੌ ਜਿਹੜੇ ਪੰਜਾਬ ਪਾਰਟੀ ਦੇ ਵਿਧਾਇਕ ਨੇ ਉਹਨਾਂ ਵਿਰੁੱਧ ਬਿਆਨ ਦਿੱਤਾ। ਬਿਆਨ ਇਹ ਸੀ ਵੀ ਬਰਗਾੜੀ ਕਾਂਡ ਬਾਰੇ ਉਸ ਬਿਆਨ ਚ ਇੱਕ ਲਾਈਨ ਇਹ ਸੀ ਵੀ ਹੁਣ ਤੇ ਇਨਸਾਫ ਦੀ ਆਸ ਹੀ ਛੱਡ ਦਿੱਤੀ ਤੇ ਅਮਨ अरोड़ा ਨੇ ਕਿਹਾ ਵੀ ਆਸ ਛੱਡਣ ਵਾਲੀ ਗੱਲ ਜਿਹੜੀ ਪਾਰਟੀ ਨੇ ਕਹੀ ਬਹੁਤ ਗਲਤ ਗੱਲ ਨਿਰਾਸ਼ਾ ਕਰਨ ਵਾਲੀ ਹੈ ਮੈਂ ਇਹਦਾ ਵਿਰੋਧ ਕਰਦਾ ਹਾਂ। ਇਸ ਨੂੰ ਉਦਾਰ ਬਣਾ ਲਿਆ ਵੀਰ ਸਾਹਿਬ ਨੇ ਮੀਟਿੰਗ ਬੁਲਾ ਲਈ 6 ਤਰੀਕ ਨੂੰ ਵੀਰ ਨੂੰ ਅਨੁਸ਼ਾਸਨੀ ਕਾਰਵਾਈ ਕਰਨੀ ਆ ਖਬਰਾਂ ਲੱਗ ਗਈਆਂ ਅਗਲੇ ਦਿਨ ਪਾਰਟੀ ਨੇ ਉਲਟਵਾਰ ਕਰਤਾ ਵੀ ਵੀਰ ਤੇ ਜਿਹੜਾ ਆ ਉਹ ਚੇਅਰਮੈਨ ਹੀ ਨਹੀਂ ਹਾਂ ਉਹਨੂੰ ਕੀ ਅਧਿਕਾਰ ਹੈ ਬੁਲਾਉਣ ਦਾ ਜੇ ਆਪਾਂ ਰੋਚਕ ਸ਼ਬਦਾਂ 'ਚ ਕਹੀਏ ਪਾਰਟੀ ਨੇ ਆਪਣੀ ਪਾਰਟੀ ਦੇ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਵਿਰੁੱਧ ਅਨੁਸ਼ਾਸਨ ਭੰਗ ਕਰਨ ਦਾ ਦੋਸ਼ ਲਾ ਕੇ ਨੋਟਿਸ ਜਾਰੀ ਕਰਤਾ ਵੀਰ ਸਾਹਿਬ ਕਹਿੰਦੇ ਮੈਂ ਤਾਂ ਚੇਅਰਮੈਨ ਹਾਂ ਹਾਂ ਮੈਂ ਤੇ 6 ਨੂੰ ਮੀਟਿੰਗ ਅਵਸ਼ ਕਰੂੰਗਾ। ਅੱਛਾ ਜੀ। ਠੀਕ ਹੈ ਜੀ। ਚਲੋ ਇਹ ਕਹਾਣੀ ਤੇ ਚੱਲ ਹੀ ਰਹੀ ਹੈ। ਹੁਣ ਕੱਲ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਅਮਨ ਰੋੜ ਨੇ ਸਪੀਕਰ ਸਾਹਿਬ ਨੂੰ ਇੱਕ ਮੈਮੋਰੰਡਮ ਦਿਨਾ ਸੀ। ਉਹ ਚਲੋ ਵੱਖਰਾ ਮੁੱਦਾ ਡੀਜੀਪੀ ਪਰਬੋਧ ਕੁਮਾਰ ਬਾਰੇ ਵੀ ਇਹਨੇ ਪੰਜਾਬ ਵਿਧਾਨ ਸਭਾ ਦੇ ਮਤੇ ਦੇ ਵਿਰੁੱਧ ਸੀਬੀਆਈ ਨੂੰ ਲੈਟਰ ਲਿਖੀ ਇਹਦੇ ਵਿਰੁੱਧ ਕਾਰਵਾਈ ਕੀਤੀ ਜਾਵੇ। ਉਸ ਡੈਪੂਟੇਸ਼ਨ ਦੇ ਵਿੱਚ ਦੋ ਬਾਗੀ ਵਿਧਾਇਕ ਕਰਮਲ ਸਿੰਘ ਖਾਲਸਾ, ਜਗਦੇਵ ਸਿੰਘ ਕੁਮਾਰ ਬਿਲਕੁਲ ਉਹ ਸ਼ਾਮਲ ਹੋਏ ਨੇ। ਜਿਹੜੇ ਆਪ ਦੇ ਬਾਗੀ ਨੇ ਪਰ ਹੁਣ ਅਮਨ ਦੇ ਨੇੜੇ ਆ ਗਏ ਅਮਨ ਦੇ ਨੇੜੇ ਆ ਗਏ ਇਹ ਵੀ ਇਹਹੀ ਇਹਹੀ ਰੋਚਕ ਇੱਕ ਨਵਾਂ ਸਮੇਕਰਨ ਹੈ ਇਸ ਤੋਂ ਬੜਾ ਸਾਫ ਕਿਉਂਕਿ ਉਹ ਦੋ ਬੰਦੇ ਜਿਹੜੇ ਖੈਰੇ ਨਾਲ ਚੱਲ ਗਏ ਸੀ ਹੁਣ ਉਹ ਦੋ ਆਪਣੇ ਪਰਮਲ ਉਹਨੇ ਤੇ ਕਮਾਲੂ ਸਾਹਿਬ ਤੇ ਜਗਤਾਰ ਜੱਗਾ ਤੇ ਕਮਰਸੰਧੂ ਇੱਕ ਵੱਖਰਾ ਗਰੁੱਪ ਆ ਹੁਣ ਇਹ ਨਾਲ ਖੈਰਾ ਸਾਹਿਬ ਦੇ ਗਤੀਵਿਧੀਆਂ 'ਚ ਘਟ ਜਾਂਦਾ ਨਾ ਆਪਣਾ ਪਾਰਟੀ ਦੇ ਹਾਂ ਸੋ ਇਹ ਉਹਨਾਂ ਦੀ ਅਗਵਾਈ 'ਚ ਅਮਨ ਰੋਡੇਰੂ ਗਾਈ ਚ ਸਪੀਕਰ ਨੂੰ ਵੇਲੇ ਉਹਦੇ ਤੋਂ ਸੰਕੇਤ ਇਹ ਮਿਲਦੇ ਆ ਵੀ ਅਮਨ अरोड़ा ਜਿਹੜਾ ਹੈ ਇਹ ਆਪਣਾ ਖੇਮਾ ਤਿਆਰ ਕਰ ਰਿਹਾ ਹੈ ਔਰ ਉਸ ਤੋਂ ਜਿਹੜੀ ਵੱਡੀ ਗੱਲ ਹੈ ਉਸ ਵਫਦ ਦੇ ਅਗਵਾਈ ਤੇ ਅਮਨ अरोड़ा ਕਹ ਰਿਹਾ ਸੀ ਰਸਮੀ ਤੌਰ ਤੇ ਕਿਉਂਕਿ ਉਹਨੇ ਸਪੀਕਰ ਨੂੰ ਮੈਮੋਰੰਡਮ ਲਿਖਿਆ ਉਹਨੇ ਲੈਟਰਲੀ ਸਪੋਰਟ ਦਿੱਤਾ ਬਿਆਨ ਵੀ ਉਹਦੇ ਨਾਂ ਤੇ ਆਇਆ ਤੇ ਉਸ ਵਫਦ ਵਿੱਚ ਪੰਜਾਬ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਦੀ ਸ਼ਾਮਲ ਸੀਗੇ ਹਾਂ ਸੋ ਇਸ ਸਾਰੀ ਗੁਦਰਾ ਪਾਰਟੀ ਦੇ ਨਾਲ ਬੁੱਧ ਉਹ ਚੇਅਰਮੈਨ ਨੇ ਪਾਰਟੀ ਨਾਲ ਨਹੀਂ ਪੰਜਾਬ ਨੂੰ ਹੈਡ ਕਰ ਰਹੇ ਪੰਜਾਬ ਦੀ ਆਰਗੇਨਾਈਜ਼ੇਸ਼ਨ ਦੀ ਇਹਨਾਂ ਦੀ ਕੋਰ ਕਮੇਟੀ ਆ ਸਭ ਤੋਂ ਵੱਡੀ ਉਹਦੇ ਉਹ ਚੇਅਰਮੈਨ ਨੇ ਸੋ ਇਸ ਸਾਰੀ ਗੱਲ ਤੋਂ ਦੀਪਕ ਜੀ ਇਹ ਲੱਗਦਾ ਹੈ ਵੀ ਪਾਰਟੀ ਨੂੰ ਅਮਨ अरोड़ा ਦੀ ਨਿਰਾਸ਼ਤਾ ਜਿਹੜੀ ਆ ਜਾਂ ਇਹ ਕਹਿ ਲਈਏ ਦੂਰ ਜਾਣ ਦੀ ਜਿਹੜੀ ਭਾਵਨਾ ਉਹ ਉਹ ਰਾਸ ਨਹੀਂ ਆ ਰਹੀ ਜਾਂ ਉਹਨਾਂ ਨੂੰ ਡਰ ਲੱਗਦਾ ਉਹ ਡਰ ਦਾ ਸੰਕੇਤ ਅਮਨ अरोड़ा ਕਿਉਂਕਿ ਉਹ ਵੀ ਕਾਗ ਸਿਆਸਤਦਾਨ ਹੈ ਉਹਨੇ ਕੱਲ ਬਿਲਕੁਲ ਦੇ ਦਿੱਤਾ ਵੀ ਜੇ ਤੁਸੀਂ ਨਹੀਂ ਤੇ ਬਾਕੀ ਮੇਰੇ ਨਾਲ ਹੈਗੇ ਸੋ ਦੋ ਬਾਕੀ ਇਹ ਉਹਦੇ ਨਾਲ ਜੁੜੇ ਦਾ ਆਉਣਾ ਮਤਲਬ ਦੋ ਹੋਰ ਹੈਗੇ ਪਿੱਛੇ ਦੋ ਹੋਰ ਹੈਗੇ ਚਾਰ ਵੀ ਹੈਗੇ ਖੈਰਾ ਸਿੰਘ ਵੀ ਹੋ ਸਕਦੇ ਆ ਮਾਸਟਰ ਬਲਦੇਵ ਸਿੰਘ ਵੀ ਹੋ ਸਕਦਾ ਇਹ ਵੀ ਹੋ ਸਕਦਾ ਇਹ ਵੀ ਹੋ ਸਕਦਾ ਤੇ 6 ਵੀ ਹੋ ਸਕਦੇ ਸੋ ਇੱਕ ਨਵਾਂ ਸੰਕੇਤ ਇਸ ਪਾਰਟੀ 'ਚ ਕੱਲ ਸ਼ੁਰੂ ਹੋਇਆ ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਅਮਨ अरोड़ा ਦੇ ਨਾਲ ਕੱਲ 부ਧਰਾ ਮੋਰੀ ਵੀ ਗਏ ਕਿਤੇ ਇਹ ਤਾਂ ਨਹੀਂ ਕਿ ਹੁਣ ਅਮਨ अरोड़ा ਇਹਨਾਂ ਬਾਗੀਆਂ ਨੂੰ ਵਾਪਸ ਲਿਆ ਕੇ ਪਾਰਟੀ ਦੇ ਵਿੱਚ ਵਿਰੋਧੀ ਤਰਦਾ ਉਹਦਾ ਹਾਸਲ ਕਰਨਾ ਚਾਹੁੰਦੇ ਹੋ ਇਹ ਵੀ ਹੋ ਸਕਦਾ ਦੇਖੋ ਤੁਸੀਂ ਪਹਿਲਾਂ ਗੱਲ ਕੀਤੀ ਹੈ ਅਮਨ ਅਰੋੜਾ ਜਿਹੜਾ ਆ ਜਿਹੜੇ 20 ਐਮਐਲਏ ਐ ਉਹਨਾਂ ਚ ਇੱਕ ਬੜਾ ਸ਼ਾਈਨਿੰਗ ਐ ਮੈਂ ਲਿਆ ਉਹ ਉਹਨੂੰ ਲਿਖਣਾ ਪੜ੍ਹਣਾ ਉਹਨੇ ਉਹਨਾਂ ਦੀ ਗਰੂਰ ਜਿਹੜੀ ਉਹਦੀ ਦੀਪਕ ਜਿਹੜਾ ਸਿਸਟਮ ਐ ਉਹਨਾਂ ਨੇ ਦੱਸਿਆ ਸੀ ਕਿਵੇਂ ਇੱਕ ਉਹਨਾਂ ਨੇ ਆਰਗੇਨਾਈਜੇਸ਼ਨ ਬਣਾਈ ਐ ਗੈਰ ਸਰਕਾਰੀ ਉਹ ਲੋਕਾਂ ਦੀ ਨਿੱਤ ਦਿਨ ਦਫਤਰ ਬਣਾ ਦੋ ਚਾਰ ਸੌ ਲੋਕ ਉੱਥੇ ਹੁੰਦੇ ਉਹਨਾਂ ਦੇ ਛੋਟੇ ਮੋਟੇ ਕੰਮ ਕਰਦੇ ਨੇ ਉਹ ਕੰਮ ਚਲਾ ਰਹੇ ਨੇ ਅਮਨ ਅਰੋੜੇ ਉਹਨਾਂ ਨੂੰ ਬਿਜਲੀ ਅੰਦੋਲਨ ਦਾ ਉਹ ਕਹਿੰਦੇ ਕਮਾਂਡਰ ਬਣਾਇਆ ਸੀ ਬਿਲਕੁਲ ਬਿਲਕੁਲ ਔਰ ਜੋ ਅੰਦਰਲੀ ਗੱਲ ਇਹ ਹੈ ਵੀ ਉਹਦੇ ਚ ਫੈਸਲਾ ਹੋ ਗਿਆ ਸੀ ਵੀ ਅਮਨ ਰੋੜਾ ਫਲਾਨੀ ਤਰੀਕ ਨੂੰ ਪਟਿਆਰੇ ਬਿਜਲੀ ਬੋਰਡ ਦੇ ਦਫਤਰ ਅੰਦਰ ਸੇ ਸਮੇਂ ਭੁੱਖ ਹੜਤਾਲ ਤੇ ਬੈਠੇ ਠੀਕ ਹੈ ਸੋ ਅਮਨ ਰੋੜਾ ਦੇ ਸੂਤਰਾਂ ਅਨੁਸਾਰ ਜਾਂ ਪਾਰਟੀ ਦੇ ਸੂਤਰਾਂ ਅਨੁਸਾਰ ਇਹ ਗੱਲ ਸਾਹਮਣੇ ਆਈ ਵੀ ਕੁਝ ਵਿਧਾਇਕਾਂ ਨੇ ਮਹਿਸੂਸ ਕੀਤਾ ਵੀ ਜੇ ਇਹ ਭੁੱਖ ਹੜਤਾਲ ਤੇ ਬੈਠ ਗਿਆ ਪਰ ਜਿਵੇਂ ਅੱਗੇ ਵਧ ਰਿਹਾ ਸੀ ਕਿਤੇ ਪਿੱਛੇ ਨਾ ਰਹਿ ਜਾਈਏ ਇਹ ਹੀ ਹੀਰੋ ਬਣ ਜੇਗਾ ਹੁਣ ਕਿਵੇਂ ਅਰਵਿੰਦ ਕੇਜਰੀਵਾਲ ਜਿਹੜੇ ਇਹਨਾਂ ਦੇ ਮੁਖੀ ਉਹਨਾਂ ਕੋਲ ਗੱਲ ਕਿਵੇਂ ਪਹੁੰਚੀ ਔਰ ਕੀ ਏਜੰਡਾ ਬਣਿਆ ਆ ਆਪਾਂ ਬਹੁਤ ਖਬਰਾਂ ਲਾਈਆਂ ਸੀ ਵੀ ਕੇਜਰੀਵਾਲ ਹੋਣਾਂ ਨੇ ਹੰਗਾਮੀ ਮੀਟਿੰਗ ਬੁਲਾਈ ਪੰਜਾਬ ਦੇ ਲੀਡਰਸ਼ਿਪ ਦੀ ਸਾਰੇ ਪੰਜਾਬ ਦੀ ਲੀਡਰਸ਼ਿਪ ਬੁਲਾ ਕੇ ਫੈਸਲਾ ਕੀ ਕੀਤਾ ਵੀ ਅੰਦੋਲਨ ਦੀ ਅਗਵਾਈ ਅਮਨ अरोੜਾ ਨੇ ਮੀਤ ਹੇਰ ਬਰਨਾਲੇ ਦੇ ਐਮਐਲਏ ਕਰਨ ਸੋ ਉਸੇ ਦਿਨ ਦਿੱਲੀ ਚ ਹਾਂ ਸਾਰਾ ਕੁਝ ਉਹ ਸਾਰਾ ਖਤਮ ਹੋ ਗਿਆ ਸੋ ਉਸੇ ਦਿਨ ਤੋਂ ਹੀ ਅਮਨ अरोੜਾ ਹੋਣਾਂ ਨੇ ਆਪਣਾ ਵੱਖਰਾ ਡੇਰਾ ਬਣਾ ਲਿਆ ਸੀ ਵੱਖਰਾ ਉਹਨਾਂ ਦਾ ਜਿਹੜਾ মিডিਆ ਦਾ ਸਿਸਟਮ ਬਣਾ ਲਏ ਸੀ ਗਰੁੱਪ ਬਣਾ ਲਈ ਸੀ ਪਰ ਮੀਟਿੰਗਾਂ ਚ ਨਹੀਂ ਸੀਗੇ ਸੋ ਉਸ ਗੱਲ ਤੋਂ ਲੱਗਦਾ ਵੀ ਅਮਨ अरोड़ा ਨੇ ਵੀ ਸੋਚ ਲਿਆ ਵੀ ਚਲੋ ਮੈਂ ਵੀ ਇੱਕ ਆਪਣਾ ਗਰੁੱਪ ਬਣਾ ਕੋਲੋ ਤੇ ਇਹ ਸਿਆਸਤ ਹੈ ਵੀ ਮੈਂ ਪ੍ਰੈਸ਼ਰ ਗਰੁੱਪ ਬਣਾਵਾਂ ਮੇਰ ਦਾ ਵੀ ਦੋ ਬਾਕੀ ਆ ਗਏ ਨੇ ਤੇ ਇਹਦੇ ਚ ਮੈਨੂੰ ਲੱਗਦਾ ਵੀ ਸ਼ਾਇਦ ਪਾਰਟੀ ਕੋਲ ਗੁੰਜਾਇਸ਼ ਨਹੀਂ ਗਈ ਅਮਨ अरोड़े ਨੂੰ ਗਵਾਉਣ ਦੀ ਸੋ ਇਸ ਕਰਕੇ ਲੱਗਦਾ ਵੀ ਬੁੱਧ ਰਾਮ ਵੀ ਉੱਥੇ ਗਏ ਕਿਤੇ ਨਾ ਕਿਤੇ ਪੈਸੀਫਾਈ ਕਰ ਰਿਹਾ ਵੀ ਆਪਾਂ ਯਾਰ ਜਿੰਨੇ ਕਹਿ ਗਏ ਹੁਣ ਦਸ ਤੇ ਰਹਿ ਗਏ ਆ ਨਹੀਂ ਆਪ ਕੋਲ ਫਿਰ ਲੈਣ ਨੂੰ ਬੜਾ ਉਹਦਾ ਤਾਂ ਵਿਰੋਧੀ ਤੇ ਰਹੀ ਉਹਦਾ ਕੀ ਹੁਣ ਉਸ ਉਹਦੀ ਲੜਾਈ ਦੇ ਵਿੱਚ ਨੇ ਇਹ ਕਿ ਜਾਂ ਫਿਰ ਕਿਉਂਕਿ ਵਿਰੋਧੀ ਧਿਰ ਦੇ ਉਹਦੇ ਵਾਲੇ ਪਾਸੇ ਪੈ ਗਏ ਨਾ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਚੀਮਾ ਸਾਹਿਬ ਕੋਲ ਵਿਰੋਧੀ ਧਿਰ ਦੀ ਕੁਰਸੀ ਆ ਉਹ ਵੀ ਖੁੱਸ ਜਾਣੀ ਹੈ ਕਾਰਨ ਕੀ ਹੈ 9 ਐਮਐਲਏ ਤੇ ਇਹਨਾਂ ਤਾਂ ਦੂਰ ਨੇ ਦੂਰ ਨੇ 11 ਹੀ ਨੇ ਨਾ ਇਹ ਅਮਨਪਰੇ ਚੱਲਦੇ ਤਾਂ 10 ਹਾਂ 10 ਤੇ 11 ਜਿਹੜੇ ਨੇ ਇਹ ਤਾਂ ਬਦਲ ਹੀ ਨਹੀਂ ਸਕਦੇ ਇਹ ਤਾਂ ਘਟ ਗਿਣਤੀ ਜ ਨੇ ਇਹ ਜੇ 11 ਦੇ 11 ਵੀ ਲਿਖ ਕੇ ਦੇ ਦੇਣ ਫਿਰ ਤਾਂ ਕਿਤੇ ਚਾਂਸ ਲੱਗਦੇ ਆ ਹੈਨਾ ਪਰ ਇਹ 11 ਲਿਖ ਕੇ ਦੇਣਗੇ ਤੇ ਫਿਰ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਜਿਹੜੇ 15 16 ਉਹਨੇ ਦੇ ਉਹ ਕਹਿੰਗੇ ਕਿ ਕਿਵੇਂ ਬਣ ਜਾਂਗੇ ਵੀ ਅਹੀਂ ਤੇ ਅਹੀਂ 4 ਵਾਧ ਦੇ ਆਂ 5 ਵਾਧ ਦੇ ਆਂ ਸੋ ਇਸ ਕਰਕੇ ਉਹ ਤਾਂ ਛੇੜ ਨਹੀਂ ਛੇੜਨੀ ਔਰ ਦੂਜੀ ਗੱਲ ਇਹ ਵੀ ਹੈ ਵੀ ਅਮਨ ਅਰੋੜਾ ਜੇ ਐਫਰਟਸ ਵੀ ਕਰੇ ਤੇ ਇਹ ਤਾਂ ਪੋਸੀਬਲ ਲੱਗਦਾ ਵਹਿ ਤੁਹਾਡੀ ਗੱਲ ਠੀਕ ਹੈ ਜੇ ਜੇ ਬਾਕੀ ਨਾਲ ਆ ਜਾਣ ਤੇ ਕਿਤੇ ਨਾ ਕਿਤੇ ਗੱਲ ਬਣ ਵੀ ਸਕਦੀ ਹੈ ਉਹ ਕਹਿੰਨਗੇ ਮੈਂ ਇੰਨੇ ਆਪਣੇ ਨਾਲ ਲਿਓ ਨਾ ਤੁਸੀਂ ਪਾਰਟੀ ਵਾਲੇ ਮੇਰੇ ਨਾਲ ਤੋਰ ਹੁਣ ਉਹਦੇ ਚ ਇਹ ਵੀ ਪਾਰਟੀ ਵਾਲੇ ਕਿੰਨੇ ਕ ਅਮਨ ਨਾਲ ਚੱਲਦੇ ਨੇ ਪਰ ਹਾਲੇ ਤੱਕ ਅਮਨ ਨੇ ਇਦਾਂ ਦਾ ਕਲੇਮ ਨਹੀਂ ਕੀਤਾ ਲੱਗਦਾ ਇਦਾਂ ਦੀ ਗੱਲ ਸ਼ਾਇਦ ਨਹੀਂ ਹੈਗੇ ਇਹੀ ਗੱਲ ਹੈ ਵੀ ਪਾਰਟੀ ਚ ਉਹਨੂੰ ਜਿਹੜਾ ਥੋੜਾ ਪਿੱਛੇ ਕੀਤਾ ਉਹ ਆਪਣਾ ਆ ਦੱਸ ਰਿਹਾ ਵੀ ਮੇਰੇ ਕੋ ਵੀ ਮੇਰੇ ਪੱਲੇ ਵੀ ਕੁਸ਼ ਹੈਗਾ ਮੇਰੇ ਪੱਲੇ ਪ੍ਰਭਾਵ ਦੇਣ ਦਾ ਚਤੰਨ ਕਰ ਰਿਹਾ ਨਹੀਂ ਉਹ ਪਾਰਟੀ ਦੇ ਪ੍ਰਭਾਵ ਹੈ ਜਾਂ 2 ਐਮਐਲਏ ਜਿਹੜੇ ਆਪ ਨਾਲ ਸੀ ਵਿਰੋਧੀ ਨਾਲ ਵੀ ਨਹੀਂ ਗਏ ਉਹਨਾਂ ਨੇ ਕਦੇ ਵਿਰੋਧ ਪ੍ਰਗਟਾਇਆ ਵੀ ਨਹੀਂ ਸੀ ਕੋਈ ਹੈ ਜ ਆ ਉਹ ਚੁੱਪ ਕਰਕੇ ਕਾਂਗਰਸੀਆਂ ਪੌੜੀਆਂ ਚੜ ਗਏ ਤੇ ਇਹ ਤਾਂ ਵਿਰੋਧ ਵੀ ਪ੍ਰਗਟਾ ਰਹੇ ਨੇ ਆਪਣਾ ਨਿਰਾਸ਼ਾ ਵੀ ਦਿਖਾ ਰਹੇ ਨੇ ਕਿਤੇ ਇਹ ਤਾਂ ਨਹੀਂ ਕਿ ਇਹ ਵੀ ਫਿਰ ਕਾਂਗਰਸਪਾਲ ਵਾਲੇ ਪਾਸੇ ਨੂੰ ਜਾਣ ਦੀ ਤਿਆਰੀ ਹੋਵੇ ਪੁਰਾਣਾ ਘਰ ਹੈ ਉਹਨਾਂ ਦਾ ਸਿਆਸਤਦਾਨ ਕਦੋਂ ਕਿਸੇ ਵੇਲੇ ਵੀ ਕੁਝ ਵੀ ਕਰ ਸਕਦਾ ਜੇ ਜੁਪੀ ਚ ਭਾਰਤੀ ਜਨਤਾ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੀ ਸਰਕਾਰ ਬਣਾ ਸਕਦੀ ਤੇ ਕੁਝ ਵੀ ਹੋ ਸਕਦਾ ਜੇ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਕਰਕੇ ਪੰਜਾਬ ਚ ਕਈ ਵਾਰੀ ਸਰਕਾਰ ਬਣਾ ਸਕਦਾ ਤੇ ਕੁਝ ਵੀ ਹੋ ਸਕਦਾ ਕਿਉਂਕਿ ਹੁਣ ਸਿਧਾਂਤਾਂ ਦੇ ਆਧਾਰ ਤੇ ਨਾ ਸਿਆਸਤ ਚੱਲਦੀ ਆ ਨਾ ਗੱਠਜੋੜ ਚੱਲਦਾ ਇਹ ਤੇ ਚੱਲਦਾ ਵੀ ਕੁਰਸੀ ਕਿਵੇਂ ਹਥਿਆਈ ਜਾ ਸਕਦੀ ਏ ਉਹਦੇ ਕੁਰਸੀ ਹੱਥਾਂ ਲਈ ਕਿਹਦੇ ਨਾਲ ਹੱਥ ਮਲਾਉਣਾ ਇਹ ਨਹੀਂ ਦੇਖਣਾ ਵੀ ਹੱਥ ਚਿੱਟੇ ਰੰਗ ਦਾ ਪੀਲੇ ਰੰਗ ਦਾ ਗੂੜ੍ਹੇ ਰੰਗ ਦਾ ਰੰਗ ਨਹੀਂ ਦੇਖਣਾ ਇਹ ਦੇਖਣਾ ਵੀ ਉਹ ਕੁਰਸੀ ਦਾ ਰਾਹ ਕਿਵੇਂ ਆ ਜਿਹਦੇ ਨਾਲ ਹੱਥ ਮਲਾ ਗਿਆ ਪੱਧਰਾ ਹੋ ਸਕਦਾ ਸੋ ਇਸ ਹਿਸਾਬ ਨਾਲ ਅਮਨ ਜੀ ਵੀ ਕੋਸ਼ਿਸ਼ ਕਰ ਸਕਦੇ ਕੋਈ ਵੀ ਜਿਹੜਾ ਸੈਕਰੀਟਿਟੀ ਲਿਟਿਡ ਕੁਝ ਵੀ ਆਰਮੀ ਦੀ ਗੱਲ ਕੀਤੀ ਆ ਪਿਛਲੇ ਦਿਨਾਂ ਤੋਂ ਇਹ ਵੀ ਚਰਚਾ ਸੀ ਕਿ ਉਸ ਦੇ ਵਿੱਚ ਵੀ ਅਮਨ ਰੋੜਾ ਨੂੰ ਬਾਹਰ ਦੂਰ ਰੱਖਿਆ ਗਿਆ ਉਸ ਪ੍ਰੈਸ ਕਾਨਫਰੰਸ ਦੇ ਵਿੱਚੋਂ ਵੀ ਪਰ ਕੀ ਆਰਮੀ ਖੈਰੀ ਵਾਲੀ ਖੁਦਮਖਤਿਆਰੀ ਨਾਲ ਮੇਲ ਤਾਂ ਨਹੀਂ ਖਾਂਦੀ ਕਿਤੇ ਜਿਹੜੀ ਖੁਦਮਖਤਿਆਰੀ ਦੀ ਗੱਲ ਸੀ ਕਿਤੇ ਇਹ ਤਾਂ ਨਹੀਂ ਕਿ ਹੁਣ ਭਗਵੰਤ ਮਾਨ ਵੀ ਆਪਣਾ ਇੱਕ ਵੱਖਰਾ 그룹 ਬਰਾਬਰ ਦੀ ਤਾਕਤ ਦਿਖਾਉਣਾ ਚਾਹੁੰਦਾ ਪਾਰਟੀ ਨੂੰ ਕਿਤੇ ਇਹ ਇਹ ਵੀ ਸੰਕੇਤਕ ਹੈ ਮੈਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਭਗਵੰਤ ਮਾਨ ਹੁਣ ਆਏ ਸੋਚਿਆ ਹੈ ਵੀ ਕਈ ਕੁਛ ਖਿੰਡ ਗਿਆ ਖਿੱਲਰ ਗਿਆ ਖੋਰਾ ਲੱਗਾ ਕਈ ਤਰ੍ਹਾਂ ਦੇ ਸ਼ੰਕੇ ਕੁਐਸਚਨ ਨੇ ਪਾਰਟੀ ਤੇ ਉਹਨਾਂ ਨੇ ਕੋਈ ਨਵਾਂ ਰੂਪ ਦੇਣ ਦਾ ਯਤਨ ਕੀਤਾ ਜਿਹੜੀ ਬੁੱਕਲੇਟ ਵੀ ਜਾਰੀ ਕੀਤੀ ਉਹਦੇ ਚ ਅਖਬਾਰਾਂ ਕੁਝ ਹਿੰਟ ਵੀ ਆਇਆ ਵੀ ਉਹ ਜਿਹੜੀ ਬੁੱਕਲੇਟ ਦੇ ਵਿੱਚ ਮੇਨ ਫੋਟੋ ਜਿਹੜੀ ਭਗਵੰਤ ਮਾਨ ਉਹਨਾਂ ਦੀ ਸੀ ਤੇ ਉਹਦੇ ਪਿਛਲੇ ਪਾਸੇ ਕੇਜਰੀਵਾਲ ਸਾਹਿਬ ਦੀ ਫੋਟੋ ਉੱਥੇ ਮੈਂ ਮਜ਼ਾਕ ਚ ਪ੍ਰੈਸ ਕਾਨਫਰੰਸ 'ਚ ਕਿਹਾ ਵੀ ਸੀ ਵੀ ਭਗਵੰਤ ਜੀ ਆ ਕੇਜਰੀਵਾਲ ਸਾਹਿਬ ਨੂੰ ਬੜਾ ਪਿਛੋਕੇ ਰੱਖਿਆ ਬੜੀ ਮੁਸ਼ਕਲ ਨਾਲ ਉਹਨਾਂ ਦਾ ਮੂੰਹ ਦਿਖਦਾ ਤੇ ਉਹਨਾਂ ਨੇ ਹਾਸੇ ਨਾਲ ਕਹੇ ਇਦਾਂ ਦੀ ਕੋਈ ਵੀ ਬਾਕੀ ਪੰਜਾਬ ਚ ਤਾਂ ਖੁਦਮੁਖਤਿਆਰੀ ਸਾਡੀ ਚਲਣੀ ਹੈ ਸੋ ਮੈਨੂੰ ਲੱਗਦਾ ਭਗਵੰਤ ਮਾਨ ਹੁਣ ਨਵੇਂ ਰੂਪ ਚ ਬਾਜ਼ਾਰ ਚ ਆ ਕੇ ਸਿਆਸਤ ਦੇ ਮੈਦਾਨ ਚ ਆ ਕੇ ਸ਼ਾਇਦ ਕੁਝ ਦਾਮਕ ਕਰਨ ਦਾ ਯਤਨ ਯਤਨ ਕਰ ਰਹੇ ਨੇ ਚਲੋ ਦੇਖਦੇ ਆਮ ਆਦਮੀ ਪਾਰਟੀ ਦੇ ਅੰਦਰ ਖਾਸੀ ਉਥਲ ਪੁਥਲ ਜਿਹੜਾ ਜੋਰ ਇਹਨਾਂ ਨੂੰ ਹਾਂ ਵਿਰੋਧੀ ਧਿਰ ਦੇ ਤੌਰ ਤੇ ਮੁੱਦੇ ਉਠਾਉਣ ਲਈ ਕਰਨਾ ਚਾਹੀਦਾ ਚਾਹੇ ਪੰਜਾਬ ਦੇ ਵਿੱਚ ਨਸ਼ੇ ਵਾਲੀ ਜਿਹੜੀ ਸਥਿਤੀ ਹੈ ਲਾਗ ਕਾਨੂੰਨ ਦੀ ਜਿਹੜੀ ਸਥਿਤੀ ਹੈ ਪੰਜਾਬ ਦੇ ਵਿੱਚ ਹੋਰ ਜਿੰਨੇ ਗੰਭੀਰ ਮਸਲੇ ਨੇ ਜਿਹੜੇ ਮਾਫੀਆ ਰਾਜ ਵਾਲਾ ਪੁਰਾਣੇ ਤੋਂ ਲੈ ਕੇ ਉਹ ਨਵੇਂ ਰੂਪ ਦੇ ਵਿੱਚੋਂ ਵੀ ਵਰਕਰ ਰਾ ਉਹਨਾਂ ਮੁੱਦਿਆਂ ਦੇ ਜਿੱਥੇ ਕਿਉਂ ਝੂਠੋਕੇ ਲੜਨ ਦੀ ਲੋੜ ਸੀ ਉੱਥੇ ਆਪਣੇ ਮਸਲਿਆਂ ਤੇ ਆਪੇ ਲੜ ਰਹੀ ਹੈ ਜਿਸ ਤਰ੍ਹਾਂ ਸਾਡੇ ਮਾਹਿਰ ਮਹਿਮਾਨ ਦਾ ਆਖਣਾ ਹੈ ਕਿ ਹੋਰ ਕੋਈ ਨਹੀਂ ਇਹ ਆਪਣੀ ਆਪ ਦੁਸ਼ਮਣ ਆਵਾਮ ਆਦਮੀ ਪਾਰਟੀ ਇਹੋ ਕਰਨਾ ਹੈ ਕਿ ਲਗਾਤਾਰ ਨਗਰਵਾਲ ਨੂੰ ਜਾ ਰਹੀ ਹੈ ਪਰ ਉਮੀਦ ਕਰਾਂਗੇ ਕਿ ਵਿਰੋਧੀ ਧਿਰ ਮਜ਼ਬੂਤ ਹੋਵੇ ਤਾਂ ਕਿ ਸਰਕਾਰ ਤੋਂ ਚਾਹੇ ਦੇਸ਼ ਨਾਲ ਜੁੜੇ ਮਸਲੇ ਹੋਣ ਚਾਹੇ ਪੰਜਾਬ ਨਾਲ ਉਹਨਾਂ ਤੇ ਵੀ ਕਰਾਂਗੇ ਚਰਚਾ ਪਰ ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ ਹੁਣੇ ਪਰਤਾਂ ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ ਟੀਵੀ ਰੀਜਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦੇ ਮੁੱਦਾ ਵਿੱਚ ਇੱਕ ਵਾਰ ਫਿਰ ਸਵਾਗਤ ਹੈ ਜੀ ਅਸੀਂ ਚਰਚਾ ਕਰ ਰਹੇ ਸੀ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਕੀ ਸਥਿਤੀ ਹੁੰਦੀ ਜਾ ਰਹੀ ਹੈ ਕਿਵੇਂ ਉਹ ਆਪਸ ਵਿੱਚ ਉਲਝਦੇ ਉਲਝਦੇ ਕੱਲੇ-ਕੱਲੇ ਹੁੰਦੇ ਜਾ ਰਹੇ ਨੇ ਪਰ ਪੰਜਾਬ ਦੇ ਵਿੱਚ بڑا ਮੁੱਦਾ ਜਿਹੜਾ ਸਾਹਮਣੇ ਆ ਕੇ ਖੜਾ ਹੋ ਰਿਹਾ ਉਹ ਐਸਵਾਈਐਲ ਦਾ ਪਹਿਲਾਂ ਸੀਗਾ ਕਿ 3 ਤਰੀਕ ਨੂੰ ਸ਼ਾਇਦ ਕੋਈ ਸਖਤ ਫੈਸਲਾ ਨਾ ਪੰਜਾਬ ਦੇ ਖਿਲਾਫ ਆ ਜਾਵੇ ਪਰ 4 ਮਹੀਨਿਆਂ ਦਾ ਹੋਰ ਸਮਾਂ ਮਿਲਿਆ ਇਸ ਤੋਂ ਪਹਿਲਾਂ ਵੀ ਲਗਾਤਾਰ ਅਦਾਲਤ ਪੰਜਾਬ ਨੂੰ ਹਰਿਆਣਾ ਨੂੰ ਤੇ ਕੇਂਦਰ ਨੂੰ ਤਿੰਨਾਂ ਨੂੰ ਆਖਦੀ ਰਹੀ ਕਿ ਇਕੱਠੇ ਬੈਠ ਕੇ ਮਸਲਾ ਸੁਲਝਾ ਲਓ ਪੰਜਾਬ ਦੇ ਮੁੱਖ ਕਿ ਸਾਡੇ ਅਧਿਕਾਰੀ ਲਗਾਤਾਰ ਹਰਿਆਣਾ ਦੇ ਅਧਿਕਾਰੀਆਂ ਨਾਲ ਸੰਪਰਕ ਜਿੰਨੇ ਤੇ ਮੈਂ ਕੇਂਦਰ ਤੇ ਸੰਪਰਕ ਵਿੱਚ ਹਾਂ ਕਿਉਂਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਪਰ ਇਸ ਮਸਲੇ ਤੇ ਕਿਤਨਾ ਕਿਤੇ ਕਾਂਗਰਸ ਜਿੱਥੇ ਲਗਾਤਾਰ ਕਿਰਦੀ ਰਹੀ ਹੈ ਉੱਥੇ ਅਕਾਲੀ ਦਲ ਵੀ ਕਰਦਾ ਰਿਹਾ ਤੇ ਹੁਣ ਕੇਂਦਰ ਦੇ ਵਿੱਚ ਅਕਾਲੀ ਭਾਈਵਾਲਾ ਤੇ ਪੰਜਾਬ ਦੇ ਵਿੱਚ ਕਾਂਗਰਸੀ ਸਰਕਾਰ ਤੇ ਇਸ ਵਜਲ ਦੀ ਸਥਿਤੀ ਤੇ ਆਉਣ ਵਾਲੇ ਅੱਜ ਨਹੀਂ ਤਾਂ 4 ਮਹੀਨੇ ਤਲਵਾਰ ਤਾਂ ਲਟਕੀ ਰਹੀ ਹੈ ਕੀ ਹੈ ਇਹ ਪੂਰਾ ਮਾਮਲਾ ਤੇ ਕਿੱਥੇ ਜਾ ਕੇ ਨਿਬੜ ਸਕਦਾ ਉਸੇ ਕਰਾਂਗੇ ਚਰਚਾ ਚਲੋ ਜਨਪਾਜੀ ਪਹਿਲਾਂ ਲੱਗ ਰਿਹਾ ਸੀ ਕਿ 3 ਤਰੀਕ ਨੂੰ ਸ਼ਾਇਦ ਪੰਜਾਬ ਦੇ ਖਿਲਾਫ ਫੈਸਲਾ ਨਾ ਜਵੇ ਉਹਦਾ ਖੱਤਸਾ ਇਹ ਪ੍ਰ ਕਿ ਉੱਥੇ ਨਾਪ ਤੋਲ ਵੀ ਹੋ ਸਕਦਾ ਇਸ ਫੈਸਲੇ ਦੇ ਪਿੱਛੇ ਕਿ ਹੁਣ ਹਰਿਆਣਾ 'ਚ ਸਾਨੂੰ ਫਾਇਦਾ ਹੋਊਗਾ ਹੁਣੇ ਫੈਸਲਾ ਕਰਾ ਕੇ ਕਿਉਂਕਿ ਜੇਕਰ ਹਰਿਆਣਾ ਦੇ ਹੱਕ 'ਚ ਫੈਸਲਾ ਚਲਾ ਜਾਂਦਾ ਤਾਂ ਉੱਥੇ ਕਿਤੇ ਨਾ ਕਿਤੇ ਲੱਗਦਾ ਕਿ ਉਹ ਬਾਹਰ ਨਿਕਲ ਕੇ ਚਟਾਲਿਆਂ ਨੇ ਵੀ ਦਾਵਾ ਕਰਨਾ ਸੀ ਕਿ ਅਸੀਂ ਕਰਾ ਲਿਆ ਕਾਂਗਰਸ ਨੇ ਕਿਹਾ ਸੀ ਇਨੀਦਰ ਦੀ ਅਸੀਂ ਲੜਾਈ ਲੜ ਰਹੇ ਹਾਂ ਕਿਤੇ ਨਾ ਕਿਤੇ ਇਹ ਹੋਵੇ ਕਿ ਖੱਟਰ ਸਰਕਾਰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੀ ਕਿ ਅਸੀਂ ਉਹ ਲੈ ਕੇ ਆਵਾਂਗੇ ਜੀ ਇਸ ਲਈ ਉਹਨਾਂ ਨੂੰ ਲੱਗਾ ਕਿ ਅਜੇ ਫੈਸਲੇ ਦੀ ਲੋੜ ਨਹੀਂ ਕਿਤੇ ਪ੍ਰਭਾਵ ਤਾਂ ਨਹੀਂ ਕੋਈ ਇਦਾਂ ਦੀ ਗੱਲ ਬਹੁਤੀ ਨਹੀਂ ਲੱਗਦੀ ਜੇ ਸਰਕਾਰ ਨੇ ਇਦਾਂ ਦਾ ਲਾਹਾ ਲੈਣਾ ਹੁੰਦਾ ਹੂੰ ਤੇ ਇੱਕ ਗੱਲ ਸਮਝਣ ਦੀ ਲੋੜ ਹੈ ਫੈਸਲਾ ਕੀ ਆਉਣਾ ਫੈਸਲਾ ਹੋ ਚੁੱਕਾ ਹੈ ਫੈਸਲਾ ਤਾਂ ਆਇਆ ਹੋਇਆ ਕਿ ਨਹਿਰ ਪਟੋ ਹਾਂ ਫੈਸਲਾ ਹੋ ਚੁੱਕਾ ਹੈ ਉਹ ਤੇ ਸੁਪਰੀਮ ਕੋਰਟ ਨੇ ਇੱਕ ਗੱਲ ਕਹਿਤੀ ਹੈ ਵੀ ਐਸਓਐਲ ਪੁੱਟਨੀ ਹੈ ਉਹਦੀ ਖੁਦਾਈ ਕਰਨੀ ਹੈ ਪਾਣੀ ਆਵੇ ਨਾ ਆਵੇ ਉਹ ਹਾਂ ਉਹਦੇ ਚ ਤਰਕ ਪੰਜਾਬ ਇਹ ਕਹਿੰਦਾ ਵੀ ਸਾਡੇ ਕੋਲ ਪਾਣੀ ਦੇਣ ਲਈ ਹਨ ਪੰਜਾਬ ਇਹ ਕਹਿੰਦਾ ਵੀ ਜਿੰਨਾ ਪਾਣੀ ਸਾਡੇ ਕੋਲ ਉਤੋਂ ਵੱਧ ਲੋੜ ਹੈ ਅਸੀਂ ਤਾਂ ਮਾਈਨਸ ਤੇ ਚੱਲ ਰਹੇ ਨੇ ਨੈਗੇਟਿਵ ਤੇ ਜਾ ਰਹੇ ਹਾਂ ਜੇ 10 ਗਲਾਸ ਚਾਹੀਦੇ ਸਾਨੂੰ ਪਾਣੀ ਪੀਣ ਲਈ ਸਾਡੇ ਕੋਲ ਤਾਂ ਹੈ 7 ਹੈ ਤਿੰਨ ਤੇ ਹੋਰ ਮੰਗਨੇ ਤੇ ਜੇ ਤਿੰਨ ਦੇਤੇ ਹਰਿਆਣੇ ਨੂੰ ਤੇ ਇਹ ਚੱਲ ਰਹੇ ਕਿਹਾ ਭਾਈ ਮਰ ਦਿਆਂਗੇ ਸੋ ਇਹ ਇਸ਼ੂ ਇਹ ਆ ਸੁਪਰੀਮ ਕੋਰਟ ਨੇ 3 ਮਹੀਨੇ ਦਾ ਟਾਈਮ ਦਿੱਤਾ ਸੀ ਸੈਂਟਰ ਨੂੰ ਕਿਹਾ ਸੀ ਵੀ ਇਹਨਾਂ ਨੂੰ ਸਮਝਾ ਬੁਝਾ ਕੇ ਤੇ ਨਿਬੇੜ ਲੋ ਜੇ ਆਪਸ ਵਿੱਚ ਸਹਿਮਤੀ ਹੁੰਦੀ ਦੇਖੋ ਆਪਸ ਵਿੱਚ ਸਹਿਮਤੀ ਦੀਪਕ ਜੀ ਕੀ ਹੋਊਗੀ ਕਿ ਪੰਜਾਬ ਸਰਕਾਰ ਮੰਨ ਜੂਗੀ ਹਾਂ ਇਕਨੋਂ ਤਾਂ ਮੰਨਣਾ ਪੈਣਾ ਨਾ ਹਾਂ ਮੰਨ ਜੇਗੀ ਵੀ ਐਸਸੀ ਹਰਿਆਣਾ ਪਿਛੇ ਟਣਾ ਪਣਾ ਜਾਂ ਪੰਜਾਬ ਨੂੰ ਪਿਛੇ ਟਣਾ ਹਟਣਗੇ ਕੋਈ ਵੀ ਨਹੀਂ ਹਟੇਗਾ ਕੋਈ ਨਹੀਂ ਹਟੂਗਾ ਸੋ ਇਹ ਆ ਵੀ ਬਹੁਤ ਤਣਾਅ ਵਾਲਾ ਮਾਹੌਲ ਸੀ ਕੱਲ 3 ਸਤੰਬਰ ਨੂੰ ਇਹ ਬਲਾ ਟਲੀ ਹੈ ਖਤਮ ਨਹੀਂ ਹੋਈ ਨਹੀਂ ਹੋਈ ਇਹ ਸੋਚਣ ਦੀ ਲੋੜ ਟਲੀ ਐ ਖਤਮ ਨਹੀਂ ਹੋਈ ਸੁਪਰੀਮ ਕੋਰਟ ਦਾ ਫੈਸਲਾ ਸਟੈਂਡ ਕਰਦਾ ਬੜੇ ਤਰਕ ਦਿੱਤੇ ਪੰਜਾਬ ਸਰਕਾਰ ਨੇ ਬਹੁਤ ਕੁਝ ਕਿਹਾ ਵੀ ਸਾਡੇ ਕੋ ਆ ਦੇਖੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਪਾਣੀ ਨਹੀਂ ਹੈਗਾ ਸੁਪਰੀਮ ਕੋਰਟ ਦੀ ਇੱਕੋ ਗੱਲ ਐ ਵੀ ਫਲਾਣੀ ਤਰੀਕ ਨੂੰ ਹਮ ਇੰਨਾ ਪਾਣੀ ਸੀ ਉਹਦੇ ਮੁਤਾਬਕ ਨਹਿਰ ਪੁੱਟਣੀ ਚਾਹੀਦੀ ਐ ਇਹਨੂੰ ਪੁੱਟੋ ਇਹ ਤੁਹਾਡੇ ਬਾਕੀਆਂ ਗੱਲਾਂ ਬਾਅਦ ਚ ਦੇਖ ਲਾਂਗੇ ਹੁਣ ਸੁਪਰੀਮ ਕੋਰਟ ਨੂੰ ਤੇ ਕੋਈ ਇਗਨੋਰ ਕਰ ਨਹੀਂ ਸਕਦਾ ਵੱਡਾ ਡਿਸੀਜਨ ਉਹਦਾ ਉਹਨੂੰ ਨਾ ਤੁਸੀਂ ਕ੍ਰਿਟੀਸਾਈਜ਼ ਕਰ ਸਕਦੇ ਜੇ ਪਰ ਕੱਲ ਅ ਸੈਂਟਰ ਨੇ ਮੈਂ ਕਹਿੰਦਾ ਚੰਗੀ ਪਹਿਲ ਕਦਮੀ ਕੀਤੀ ਹੈ ਜੀ ਸੈਂਟਰ ਵੱਲੋਂ ਇਹ ਗੱਲ ਕਹੀ ਗਈ ਵੀ ਤੁਸੀਂ ਸੁਪਰੀਮ ਕੋਰਟ ਨੇ ਜਿਹੜਾ 3 ਮਹੀਨੇ ਦਾ ਸਮਾਂ ਦਿੱਤਾ ਸੀ ਐਫਰਟਸ ਕੀਤੀ ਹੈ ਉੱਚ ਪੱਧਰ ਤੇ ਦੋ ਮੀਟਿੰਗਾਂ ਹੋਈਆਂ ਇਹ ਪ੍ਰਕਿਰਿਆ ਚੱਲ ਰਹੀ ਸਾਡੀ ਗੱਲਬਾਤ ਦੀ ਸਾਨੂੰ 3 ਮਹੀਨੇ ਦਾ ਹੋਰ ਸਮਾਂ ਚਾਹੀਦਾ ਚਾਹੀਦਾ ਸਪਰੀਮ ਕੋਰਟ ਨੇ ਕਿਹਾ ਤਿੰਨ ਨਹੀਂ 4 ਮਹੀਨੇ ਦਾ ਸਮਾਂ ਲੈ ਕੇ ਨਿਵੇਟਮ ਕਰਦੀ ਬਾਕੀ ਡਿਸੀਜਨ ਉਹੀ ਹੈ ਪਹਿਲੀ ਗੱਲ ਤੇ ਵੀ ਬਲਾਟ ਟਲੀ ਹੈ ਖਤਮ ਨਹੀਂ ਹੋਈ ਹੁਣ ਇਹ ਹੈ ਵੀ ਘੱਟੋ ਘੱਟ ਇਲੈਕਸ਼ਨ ਸੀ ਹਰਿਆਣੇ ਦੀਆਂ ਦੀਪਕ ਜੀ ਜੇ ਕਿਤੇ ਡਿਸੀਜਨ ਆ ਜਾਂਦਾ ਪੰਜਾਬ ਦੇ ਵਿਰੁੱਧ ਇਲੈਕਸ਼ਨ ਸੀ ਔਰ ਕੁਦਰਤੀ ਉਹਦਾ ਲਾਹਾ ਲੈਣ ਲਈ ਹਰਿਆਣੇ ਦੀ ਬੀਜੇਪੀ ਨੇ ਕਹਿਣਾ ਸੀ ਵੀ ਟੱਕ ਲਾਓ ਉਹ ਕਰੋ ਇਹ ਕਰੋ ਤਨਾ ਬੰਨਾ ਹੈ ਬਹੁਤ ਕਹਿ ਰਹਾ ਸੋ 4 ਮਹੀਨੇ ਲਈ ਟਲਿਆ ਚੰਗੀ ਗੱਲ ਪਰਮਾਤਮਾ ਕਰੇ ਇਹਦਾ ਕੋਈ ਹੱਲ ਨਹੀਂ ਨਿਕਲਿਆ ਪਰ ਸਮੱਸਿਆ ਬਹੁਤ ਵੱਡੀ ਹੈ ਸਮੱਸਿਆ ਇਹ ਹੈ ਵੀ ਇਹ ਐਸਵੀਐਲ ਨੇ ਹੀ ਪਹਿਲੋ ਪੰਜਾਬ ਚ ਮਾੜਾ ਦੌਰ ਸ਼ੁਰੂ ਕੀਤਾ ਸੀ ਕਾਲਾ ਦੌਰ ਸ਼ੁਰੂ ਕੀਤਾ ਸੀ ਉੱਥੋਂ ਇੱਕ ਪੂਰੀ ਤੋਂ ਧਰਮ ਮੋਰਚਾ ਲੱਗਾ ਸੀ ਸੀਪੀਐਮ ਤੇ ਅਕਾਲੀ ਦਰ ਨੇ ਲਾਇਆ ਸੀ ਫਿਰ ਫਿਰ ਇਹ ਧਰਮ ਜੁੱਦ ਮੋਰਚੇ ਤੋਂ ਤਬਦੀਲ ਹੋ ਗਿਆ ਸੀ ਫਿਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆ ਗਏ ਫਿਰ ਅਤਵਾਦ ਦਾ ਦੌਰ ਆਇਆ ਖਾੜਕੂਵਾਦ ਦਾ ਦੌਰ ਆਇਆ ਤੇ ਖੂਨ ਡੀਆਂ ਜਿਹੜੀਆਂ ਅੰਦਰੀਆਂ ਚਲੀਆਂ ਪੰਜਾਬ 'ਚ ਇਹ ਉੱਥੇ ਖੜਾ ਸੋ ਇਹ ਇਸ ਨੂੰ ਹੁਣ ਕਿਵੇਂ ਹੱਲ ਕੀਤਾ ਜਾਵੇ ਇਹ ਆਪਣੇ ਆਪ ਤੋਂ ਵੈਸੇ ਕਿ ਪੰਜਾਬ ਦੀ ਸਥਿਤੀ ਦਾ ਸਾਰਿਆਂ ਨੂੰ ਪਤਾ ਕਿ ਆਪਣੇ ਕੋਲ ਪਾਣੀ ਦੇਣ ਨੂੰ ਨਹੀਂ ਹੈਗਾ ਬਿਲਕੁਲ ਇਹਦੇ ਚ ਦੀਪਕ ਜੀ ਪਿਛਲੀ ਬਾਦਲ ਸਰਕਾਰ ਵੇਲੇ ਵੀ ਜਦੋਂ ਇਹ ਡਿਸੀਜਨ ਆਇਆ ਸੀ ਉਦੋਂ ਸੁਪਰੀਮ ਕੋਰਟ ਚ ਵੀ ਔਰ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੇ ਸੁਖਬੀਰ ਬਾਦਲ ਹੁਣਾਂ ਨੇ ਪ੍ਰਧਾਨ ਮੰਤਰੀ ਨੂੰ ਜਿਹੜੇ ਤਰਕ ਦਿੱਤੇ ਸੀ ਉਹਦੇ ਚ ਸਭ ਤੋਂ ਵੱਡਾ ਤਰਕ ਇਹ ਦਿੱਤਾ ਸੀ ਵੀ ਜੇ ਐਸਆਰਐਲ ਦੀ ਖੁਦਾਈ ਪੰਜਾਬ ਚ ਕਰਨ ਦਾ ਯਤਨ ਕੀਤਾ ਹੈ ਤੇ ਹਾਲਤ ਵਿਗੜ ਜਾਣਗੇ ਆ ਹੁਣ ਵੀ ਇਹੀ ਕੈਪਟਨ ਹੁਣ ਵੀ ਇਹੀ ਕਰ ਰਹੇ ਨੇ ਹੁਣ ਵੀ ਇਹੀ ਗੱਲ ਕਹੀ ਹੈ ਸੋ ਇਸ ਗੱਲ ਤੇ ਮੈਂ ਕਹਿੰਦਾ ਵੀ ਸੰਜੀਦਗੀ ਸੈਂਟਰ ਗਵਰਨਮੈਂਟ ਨੇ ਦਿਖਾਈ ਹੈ ਜਿਹੜਾ ਸਮਾਂ ਮੰਗਿਆ 3 ਮਹੀਨੇ ਦਾ ਹੋਰ ਦੂਸਰੀ ਗੱਲ ਇਹ ਹੈ ਵੀ ਇਹਦਾ ਹੱਲ ਕੀ ਨਿਕਲੂਗਾ ਦੇਖੋ ਕਿਸੇ ਦੇ ਕਿਸੇ ਦੇ ਸਮਝ ਤੇ ਨਹੀਂ ਆ ਰਹੀ ਇੱਕ ਕਿਸੇ ਦੀ ਸਮਝ ਚ ਹਾਲੇ ਤੱਕ ਨਹੀਂ ਆ ਰਿਹਾ ਪਰ ਮੈਨੂੰ ਇਹ ਲੱਗਦਾ ਵੀ ਸਿਆਸੀ ਲੀਟਰ ਜਿਹੜੇ ਨੇ ਨਾ ਦੇਖੋ ਹਰਿਆਣੇ ਦੇ ਮੁੱਖ ਮੰਤਰੀ ਨੇ ਹਰਿਆਣੇ ਦੀ ਲੀਡਰਸ਼ਿਪ ਨੇ ਸੁਭਾਵਕ ਆ ਉਹਨੇ ਆਪਣੇ ਹਿੱਤ ਪੂਰਨੇ ਗੱਲ ਕਰਨੀ ਉਹ ਝੂਠੇ ਹੋ ਸਕਦੇ ਸੱਚੇ ਹੋ ਸਕਦੇ ਅਸੀਂ ਪੰਜਾਬ ਦੇ ਆ ਅਸੀਂ ਆਪਣੀ ਗੱਲ ਕਰਨੀ ਹੈ ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਸੁਖਵੀਰ ਬਾਦਲ ਹੋਣਾ ਨੇ ਆਪਣੀ ਗੱਲ ਕਰਨੀ ਹੈ ਪਰ ਇਹਦਾ ਹੱਲ ਕਿਵੇਂ ਨਿਕਲੇਗਾ ਵਹਿ ਨਿਕਲ ਵੀ ਸਕਦਾ ਹੈ ਕਈ ਗੱਲਾਂ ਨੇ ਇਹਦੇ ਵਿੱਚ ਬਹੁਤ ਕੋਸ਼ਿਸ਼ ਆ ਵੀ ਪਾਕਿਸਤਾਨ ਪਾਣੀ ਜਾਂਦਾ ਕੋਈ ਹੋਰ ਹਰਿਆਣੇ ਨੂੰ ਆਲਟਰਨੇਟਿਵ ਕੋਈ ਰਾਹ ਦਿੱਤਾ ਜਾਵੇ ਸੋ ਸੈਂਟਰ ਨੂੰ ਚਾਹੀਦਾ ਇਹ ਹੈ ਇੱਕ ਪੰਜਾਬ ਜਿਹੜਾ ਬਾਰਡਰ ਸਟੇਟ ਹੈ ਇਹਨੂੰ ਵੀ ਮੁੱਖ ਰੱਖਦੇ ਆ ਵੀ ਇਹਦਾ ਕੋਈ ਹੋਰ ਹੱਲ ਕੱਢਣਾ ਚਾਹੀਦਾ ਐਸਓਐਲ ਖੁਦਾਈ ਦਾ ਦੇਖੋ ਖੁਦਾਈ ਦਾ ਇਸ਼ੂ ਦੇਖੋ ਕਿੰਨਾ ਵੱਡਾ ਹਾਂ ਉਹ ਕਾਂਗਰਸ ਸਰਕਾਰ ਨੇ ਪਾਣੀ ਅਸਲੀ ਟੱਕ ਲਾਇਆ ਹਾਂ ਠੀਕ ਹੈ ਜੀ ਇੰਦਰਾ ਗਾਂਧੀ ਨੇ ਟੱਕ ਲਾਇਆ ਕੈਪਟਨ ਸਾਹਿਬ ਨਾਲ ਲਾ ਗਏ ਸੀ ਕੈਪਟਨ ਸਾਹਿਬ ਨਾਲ ਲਾ ਗਏ ਸੋਨੇ ਦੀਆਂ ਕਈਆਂ ਦੇ ਉਹ ਦਿੱਤਾ ਸਾਰਾ ਕੁਝ ਤੇ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੇ ਲੈਂਡ ਅਕਵਾਇਰ ਕੀਤੀ ਉੱਥੋਂ ਹਾਂ ਪੈਸੇ ਲਏ ਪਰ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਹੁਣਾ ਨੇ ਜਿਹੜੀ ਲੈਂਡ ਅਕਵਾਇਰ ਕੀਤੀ ਉਹ ਡੀ ਨੋਟੀਫਾਈ ਕਰਕੇ ਲੋਕਾਂ ਨੂੰ ਪੂਰਵ ਹੁਣ ਉਹ ਜ਼ਮੀਨ ਹੀ ਹੈ ਨਹੀਂ ਪੰਜਾਬ ਸਰਕਾਰ ਕੋਲ ਹਾਂ ਹੁਣ ਉਹ ਜ਼ਮੀਨ ਫੇਰ ਨਵੀਂ ਲੈਣੀ ਉਹ ਐਸਓਐਲ ਦੀ ਜ਼ਮੀਨ ਹੈ ਹੀ ਨਹੀਂ ਹੁਣ ਉਹ ਡੀ ਨੋਟੀਫਾਈ ਕਰਤੀ ਉਹ ਲੈਣ ਲਈ ਤੇ ਕਈ ਸਾਲ ਚਾਹੀਦੇ ਲੈਂਡ ਅਕਵਾਇਰ ਕਰਨ ਦਾ ਤਾਂ ਬਹੁਤ ਲੰਮਾ ਪਰਸਫਰ ਹੈ ਹਾਂ ਸੋ ਇਸ ਸਥਿਤੀ ਚ ਸੁਪਰੀਮ ਕੋਰਟ ਵੀ ਬਹੁਤ ਸੁਪਰੀਮ ਹੈ ਔਰ ਭਾਰਤ ਸਰਕਾਰ ਇਹਦਾ ਕੋਈ ਹੱਲ ਕਿਵੇਂ ਨਿਕਲੇਗਾ ਹੱਲੇ ਸਮਝ ਤੋਂ ਬਾਹਰ ਹੈ ਤੇ ਕਹਿੰਦੇ ਪਿਛਲੇ ਦਿਨਾਂ ਜਿਹਦੇ ਕੋਲ ਕਿਸਾਨ ਦੀ ਜਿਹੜੀ ਜ਼ਮੀਨ ਵਾਪਸ ਆਈ ਸੀ ਉਹਦੇ ਪਰ ਲੋਨ ਲੈਣ ਗਿਆ ਸੀ ਉਹ ਉਸੇ ਲਈ ਨਵੀਂ ਮੁਸੀਬਤ ਖੜੀ ਹੋ ਗਈ ਉਹਨੂੰ ਸਮਝ ਨਹੀਂ ਆ ਰਿਹਾ ਬੈਂਕ ਵਾਲਿਆਂ ਨੂੰ ਕਿ ਪਹਿਲਾਂ ਐਸਵੀਐਲ ਵਾਲੀ ਜ਼ਮੀਨ ਸੀਗੀ ਹੁਣ ਉਹਦੇ ਕੋਲ ਆ ਗਈ ਪਰ ਫਿਰ ਵੀ ਜੇਕਰ ਤੁਸੀਂ ਕਹਿੰਦੇ ਹੋ ਕਿ ਦੁਬਾਰਾ ਐਕਵਾਇਰ ਕਰਨ ਵਾਲੀ ਸਥਿਤੀ ਆ ਜਾਂਦੀ ਆ ਕੀ ਪੰਜਾਬ ਦਾ ਕਿਸਾਨ ਫਿਰ ਤਿਆਰ ਤੁਹਾਨੂੰ ਲੱਗਦਾ ਹੈ ਕਿ ਇਸ ਗੱਲ ਤੇ ਫਿਰ ਸਰਕਾਰ ਲਈ ਮੰਨ ਜਾਏਗਾ ਕਿ ਲੈ ਲਓ ਸਾਡੀ ਜ਼ਮੀਨ ਇਹ ਇਹ ਦਿੱਕੀ ਦੇਖੋ ਹੁਣ ਕਿਉਂਕਿ ਪੰਜਾਬ ਤਾਂ ਨਹੀਂ ਚਾਹੁੰਦਾ ਨਹਿਰ ਕਾਂਗਰਸ ਦੀ ਸਰਕਾਰ ਆਵੇ ਭਾਵੇਂ ਅਕਾਲੀਏ ਦੀ ਆਵੇ ਪੰਜਾਬ ਦੇ ਆਮ ਆਲਮੀ ਪਾਰਟੀ ਦੇ ਆਵੇ ਭਾਵੇਂ ਟਕਸਾਲੀਆਂ ਦੀ ਆਵੇ ਐਸਯੂਐਲ ਦੇ ਮੁੱਦੇ ਤੇ ਜੇ ਸਰਕਾਰ ਨੇ ਕੋਈ ਐਦਾਂ ਦਾ ਡੰਡਾ ਰੱਖਿਆ ਵੀ ਇਹਨੂੰ ਖੁਦਾਈ ਲਈ ਦੁਬਾਰਾ ਅਕਵਾਇਰ ਕਰੋ ਮੈਨੂੰ ਨਹੀਂ ਲੱਗਦਾ ਪੰਜਾਬ ਦੀ ਕੋਈ ਗਈ ਗੁਜ਼ਰੀ ਸਰਕਾਰ ਵੀ ਅਕਵਾਇਰ ਕਰੇਗੀ ਇਹੀ ਕਰਦੇ ਉਹ ਨਾ ਕਰਦੇ ਵੀ ਅਹੀ ਰੈਜ਼ੀਗਨੇਸ਼ਨ ਦੇ ਦਿੰਦੇ ਆ ਇਹ ਸੈਂਟਰ ਗਵਰਨਮੈਂਟ ਆਪਰੇ ਕਰ ਲੈ ਇਹ ਸਥਿਤੀ ਇਹ ਆ ਕਿਉਂਕਿ ਪਹਿਲੇ ਇਹਦਾ ਮਤਲਬ ਜੇ 4 ਮਹੀਨੇ ਬਾਅਦ ਕੋਈ ਅਜਿਹਾ ਫੈਸਲਾ ਆ ਜਾਂਦਾ ਤਾਂ ਕੀ ਕੈਪਟਨ ਅਮਨਦਰ ਮੁੱਖ ਮੰਤਰੀ ਦੀ ਕੁਰਸੀ ਛੱਡਣੀ ਪੈ ਸਕਦੀ ਹੈ ਇਹ ਵੀ ਹੋ ਸਕਦਾ ਹੈ ਇਹ ਵੀ ਹੋ ਸਕਦਾ ਵੀ ਇਹ ਥ੍ਰੈਟ ਕਰ ਦੇਣ ਵੀ ਅਸੀਂ ਆਪਣਾ ਰੈਜਿਗਨੇਸ਼ਨ ਦੇ ਦਿੰਨੇ ਤੁਸੀਂ ਆਪ ਕੰਟਰੋਲ ਕਰ ਲਓ ਸਾਡੇ ਵੱਲੋਂ ਕੰਟਰੋਲ ਫਿਰ ਤਰੋਜਨ ਬਾਜੀ ਕਿਤੇ ਜੰਮੂ ਕਸ਼ਮੀਰ ਵਾਲੀ ਸਥਿਤੀ ਦਾ ਨਾ ਆ ਜਾਏਗੀ ਕਿ ਕੱਲ ਨੂੰ ਇੱਥੇ ਗਵਰਨਰ ਰਾਜ ਲਾਦੋਂ ਰਾਸ਼ਟਰਪਤੀ ਰਾਜ ਲਾਦੋਂ ਤੇ ਫਿਰ ਗੁੱਟੇ ਰੱਖ ਕੇ ਪੰਜਾਬ ਦੇ ਗਲੇ ਵਿੱਚ ਬੜੇ ਔਖੇ ਕੰਮ ਆ ਕਿਸੇ ਸਟੇਟ ਨੂੰ ਇਨਕਾਦਤ ਪੈ ਗਈ ਨਾ ਮਿਲਟਰੀ ਨਾਲ ਸਾਰੇ ਪਰ ਮੈਂ ਤੇ ਹੋਰ ਕਹਿੰਦਾ ਮੈਂ ਤੇ ਇਹ ਕਹਿੰਦਾ ਵੀ ਪੰਜਾਬ ਨੂੰ ਤੇ ਡਿਊਟੀ 1 ਨਵੰਬਰ 1968 ਨੂੰ ਬਣਾਤਾ ਉਹ 1953 ਨੂੰ ਬਣਾਤਾ ਆਪਣੇ 53 ਸਾਲ ਪਹਿਲਾਂ ਹੀ ਬਣਾਤਾ ਸੀ ਭਾਵੇਂ ਅਕਾਲੀ ਮੰਨਨ ਕਾਂਗਰਸੀ ਨਾਮਵੰਨ ਆਪਣੀਆਂ ਘਾਟਾਂ ਦੇ ਉੱਪਰ ਪਰਦਾ ਪਾਉਣ ਪੰਜਾਬ ਦੀ ਰਾਜਧਾਨੀ ਸਾਡੀ ਜਿਹੜੀ ਹੈ ਰਾਜਧਾਨੀ ਖੋਲੀ ਭਾਸ਼ਾ ਖੋਲੀ 1 ਨਵੰਬਰ 1968 ਨੂੰ ਸਾਨੂੰ ਡਿਊਟੀ ਬਣਾਤਾ ਬਣਾਇਆ ਵੀ ਕਿਹੜਾ ਸ਼ਹਿਰ ਜਿਹੜਾ 28 ਪਿੰਡ ਉਜਾੜ ਕੇ 28 ਪੰਜਾਬੀ ਪਿੰਡਾਂ ਦੇ ਲੋਕਾਂ ਨੂੰ ਇਥੋਂ ਨਿਕਾਲਾ ਦੇ ਕੇ ਉਹਨਾਂ ਨੂੰ ਸ਼ਰਨਾਰਸੀ ਬਣਾ ਕੇ ਉਹਨਾਂ ਨੂੰ ਕੀ ਕਵਾਂਗੇ ਆਪਾਂ ਟੱਪਰੀ ਵਾਸ ਬਣਾ ਕੇ ਬਣਾ ਕੇ ਤੇ ਉਦੋਂ ਲਾਰਾ ਇਹ ਦਿੱਤਾ ਉਦੋਂ ਵੱਡੀਆਂ ਵੱਡੀਆਂ ਗੱਲਾਂ ਇਹ ਕਿਤਿਆਂ ਵੀ ਖੂਬਸੂਰਤ ਜਿਹੜੀ ਆ ਪੰਜਾਬ ਦੀ ਰਾਜਤਾ ਨੂੰ ਸਾਰੀ ਜਾ ਰਹੀ ਹੈ ਜਦੋਂ ਉਸਰ ਗਈ ਤੇ ਉੱਤੇ ਜੂਟੀ ਦੀ ਸਟੈਂਪ ਲਾਤੀ ਸੋ ਪੰਜਾਬ ਨੂੰ ਤੇ ਜੂਟੀ ਤੇ ਕੈਡਰ ਵੀ ਮੰਨਣ ਨੂੰ ਤਿਆਰ ਜਿਹੜਾ 60 40 ਵਾਲਾ ਰੇਸ਼ੋ ਸੀਗੀ ਉਹ ਵੀ ਚੰਡੀਗੜ੍ਹ ਦੇ ਵਿੱਚੋਂ ਤੱਕੇਛਾਈ ਉਹਦੀ ਐਮਪੀ ਜਿਹੜੀ ਪੰਜਾਬੀਆਂ ਦੀਆਂ ਵੋਟਾਂ ਲੈ ਕੇ ਵੀ ਜਿੱਤਦੀ ਹੈ ਜਿਹੜੀ ਅਕਾਲੀ ਦਲ ਦੀ ਜਿਹੜੀ ਭਾਈਵਾਲ ਬਣ ਕੇ ਵੋਟਾਂ ਮੰਗਦੀ ਹੈ ਤੇ ਹੁਣ ਉਹ ਕਹਿੰਦੀ ਕਿ ਸਾਡਾ ਕੈਡਰ ਵੀ ਤੁਹਾਡੇ 60% ਦੀ ਲੋੜ ਨਹੀਂ ਸਾਨੂੰ ਮਾਹੌਲ ਇਦਾਂ ਦਾ ਬਣ ਗਿਆ ਜਿਹੜੇ ਚੰਡੀਗੜ੍ਹ ਵਸਦੇ ਪੰਜਾਬੀ ਨੇ ਉਹਨਾਂ ਉਹਨਾਂ ਦੀ ਅਕਲ ਉਹਨਾਂ ਦੇ ਦਿਮਾਗ ਨੂੰ ਇਸ ਢੰਗ ਨਾਲ ਪ੍ਰੈਸ਼ਰ ਪਾਤਾ ਵੀ ਉਹ ਵੀ ਕਿਤੇ ਨਾ ਕਿਤੇ ਫੀਲ ਕਰਨ ਲੱਗ ਪੈਂਦੇ ਵੀ ਜਿਹੜੇ ਲੋਕ ਕਹਿੰਦੇ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਇਹ ਬੇਕੂਫ ਹੈ ਜਿਹੜੇ ਕਹਿੰਦੇ ਪੰਜਾਬੀ ਭਾਸ਼ਾ ਲਾਗੂ ਹੋਣੀ ਚਾਹੀਦੀ ਅੰਗਰੇਜ਼ ਇਹ ਇਹ ਮੂਰਖ ਨੇ ਇਹ ਸਥਿਤੀ ਪੈਦਾ ਕਰ ਦਿੱਤੀ ਹੈ ਔਰ ਇੱਕ ਤੇ ਕਰ ਹੀ ਦੁੱਤੀ ਹੈ ਇੱਕ ਮਾਹੌਲ ਤੇ ਬਣਾ ਹੀ ਦਿੱਤਾ ਹੈ ਚੰਡੀਗੜ੍ਹ ਵਿੱਚ ਚੰਡੀਗੜ੍ਹ ਲੋਕ ਸਭਾ ਲਈ ਇਲੈਕਸ਼ਨ 'ਚ ਜਿਹੜਾ ਕਹੂਗਾ ਚੰਡੀਗੜ੍ਹ ਪੰਜਾਬ ਨੂੰ ਦੇਓ ਜਿਹੜਾ ਕਹੂਗਾ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਪੰਜਾਬੀ ਕਰੋ ਉਹਨੂੰ ਵੋਟਾਂ ਨਹੀਂ ਪਾਉਣੀਆਂ ਉਹ ਉਹ ਜ਼ਿੰਦਗੀ 'ਚ ਕਦੀ ਆਪਣੀ ਜਮਾਨਤ ਨਹੀਂ ਬਚਾ ਸਕਦਾ ਇਹ ਸਥਿਤੀ ਪੈਦਾ ਕਰ ਦਿੱਤੀ ਇਸ ਤੋਂ ਵੱਡਾ ਪੰਜਾਬ ਦੀ ਰਾਸ ਨਹੀਂ ਪੰਜਾਬ ਨਾਲ ਧਰੋ ਪੰਜਾਬ ਨਾਲ ਬੇਇਨਸਾਫੀ ਜਾਂ ਪੰਜਾਬ ਦੀ ਕਮਜ਼ੋਰੀ ਕੀ ਹੋ ਸਕਦੀ ਇਸ ਤੋਂ ਵੱਧ ਕੁਝ ਨਹੀਂ ਹੋ ਸਕਦਾ ਫਿਰ ਇਹਦਾ ਹੱਲ ਕੀ ਲੱਗਦਾ ਤੁਹਾਨੂੰ ਜਿਹੜੀ ਤੁਸੀਂ ਬਹੁਤ ਵੱਡੀ ਗੱਲ ਆਖੀ ਹੈ ਕਿ ਇਹ 1 ਨਵੰਬਰ 1966 ਨੂੰ ਹੀ ਪੰਜਾਬ 'ਚ ਰਾਸ਼ਪਤ੍ਰੀ ਰਾਜ ਲਾਤਾ ਸੀ ਮੈਂ ਫਿਰ ਉਸੇ ਗੱਲ ਤੇ ਹੁਣਾ ਚਾਹੁੰਦਾ ਕਿ ਅਜਿਹਾ ਮਾਹੌਲ ਬਣ ਸਕਦਾ ਕਿਤੇ ਕਿ ਜ਼ਬਰਦਸਤੀ ਸਿਰਫ ਐਸਵਾਈਐਲ ਦੇ ਮੁੱਦੇ ਤੇ ਕੱਲ ਨੂੰ ਕਿਉਂਕਿ ਧਰਨੇ ਤਾਂ ਲੱਗਣਗੇ ਪ੍ਰਦਰਸ਼ਨ ਤਾਂ ਹੋਣਗੇ ਚਾਹੇ ਰਾਜਨੀਤਿਕ ਹੋਣ ਚਾਹੇ ਸਮਾਜਿਕ ਹੋਣ ਸਾਰੀਆਂ ਪਾਰਟੀਆਂ ਉਹਦਾ ਕ੍ਰੈਡਿਟ ਲੈਣ ਜਾਣਾ ਚਾਹਣਗੇ ਕਿ ਅਸੀਂ ਰਕਾਉਣੀਆਂ ਨਹਿਰ ਨਹੀਂ ਬਣਨ ਦੇਣੀ ਤੇ ਜੇਕਰ ਅਜਿਹਾ ਫੈਸਲਾ ਆਉਣਾ ਵੀ ਇਹੀ ਹੈ ਕਿਉਂਕਿ ਜਿਵੇਂ ਤੁਸੀਂ ਕਹਿ ਰਹੇ ਹੋ ਫੈਸਲਾ ਤਾਂ ਆ ਚੁੱਕਾ ਹੈ ਕਿ ਨਹਿਰ ਪੁੱਟੋ ਜੇ ਦੁਬਾਰਾ ਨਹਿਰ ਪੁੱਟਣ ਦੀ ਹਦਾਇਤ ਹੁੰਦੀ ਹੈ ਸਾਰੀਆਂ ਪੋਲੀਟੀਕਲ ਪਾਰਟੀਆਂ ਸੜਕਾਂ ਤੇ ਹੋਣਗੀਆਂ ਪੰਜਾਬ ਦੇ ਨੌਜਵਾਨ ਸੜਕਾਂ ਤੇ ਹੋਣਗੇ ਕਿਤੇ ਉਹਨਾਂ ਨੂੰ ਰੋਕਣ ਲਈ ਕੱਲ ਨੂੰ ਰਾਸ਼ਪਤੀ ਰਾਜ ਵਾਲੀ ਸਥਿਤੀ ਦੇਖੋ ਅੱਗੇ ਵਾਲੀ ਗੱਲ ਕਰ ਰਹੇ ਰੱਬ ਕਰੇ ਇਦਾਂ ਦੀ ਸਥਿਤੀ ਨਾ ਹੋਵੇ ਪਰ ਦੀਪਕ ਜੀ ਮੈਂ ਮਹਿਸੂਸ ਕਰਦਾ ਇਹ ਸਰਕਾਰ ਦੀ ਬਹੁਤ ਵੱਡੀ ਭੁੱਲ ਹੋਊਗੀ ਜੇ ਇਸ ਪਾਸੇ ਚੱਲੂਗੀ ਇਹ ਬਾਰਡਰ ਸਟੇਟ ਹੈ ਹਾਂ ਕੇਂਦਰ ਸਰਕਾਰ ਦੇ ਬਾਰਡਰ ਸਟੇਟ ਹੈ ਔਰ ਪੰਜਾਬ ਨੇ ਕਈ ਪਹਿਲਾਂ ਮੁਹਿੰਮਾਂ ਲੜੀਆਂ ਨੇ ਕਈ ਸੰਘਰਸ਼ ਲੜੇ ਨੇ ਔਰ ਕਈ ਤਰ੍ਹਾਂ ਦੀ ਇੱਥੇ ਮੂਵਮੈਂਟਾਂ ਚੱਲੀਆਂ ਨੇ ਔਰ ਇਹ ਇੰਨਾ ਸੈਂਸਿਟਿਵ ਇਸ਼ੂ ਹੈ ਸਰਕਾਰੀ ਭਾਰਤ ਸਰਕਾਰ ਦੀਆਂ ਵੀ ਖੁਫੀਆ ਏਜੰਸੀਆਂ ਨੇ ਉਹ ਵੀ ਪੰਜਾਬ ਦੇ ਲੋਕਾਂ ਦੇ ਮਨ ਟਟੋਲ ਕੇ ਆਪਣੀਆਂ ਰਿਪੋਰਟਾਂ ਇੱਕ ਇੱਕ ਮਿੰਟ ਦੀਆਂ ਭੇਜਦੇ ਨੇ ਔਰ ਇਹ ਵੀ ਪਤਾ ਹੈ ਬਿਲਕੁਲ ਪਰਦਾ ਤਾਂ ਹੈ ਹੀ ਨਹੀਂ ਜੇ ਪੰਜਾਬ ਸਰਕਾਰ ਇਹ ਕਹਿੰਦੀ ਹੈ ਵੀ ਸਾਡੇ ਕੋਲ ਉਹਨਾਂ ਪਾਣੀ ਨਹੀਂ ਜਿੰਨਾ ਚਾਹੀਦਾ ਤੇ ਸਰਕਾਰ ਨੂੰ ਪਤਾ ਹੀ ਹੈ ਸਰਕਾਰ ਉਹ ਤੱਥ ਦੱਸੇ ਵੀ ਨਹੀਂ ਇਹ ਪੰਜਾਬ ਝੂਠ ਬੋਲਦਾ ਹੈ ਪੰਜਾਬ ਸਰਕਾਰ ਝੂਠ ਬੋਲਦੀ ਫਿਰ ਤਾਂ ਸਾਰਾ ਕੋ ਸਾਰਿਆਂ ਦੇ ਸਾਹਮਣੇ ਵੀ ਸੁਪਰੀਮ ਕੋਰਟ ਦਾ ਆਪਣਾ ਇੱਕ ਸਿਸਟਮ ਹੁੰਦਾ ਹੈ ਵੀ ਉਹਨਾਂ ਨੇ ਜਦੋਂ ਤੋਂ ਇਹ ਮਸਲਾ ਚੱਲ ਰਿਹਾ ਸੀ ਉਦੋਂ ਪਾਣੀ ਦਾ ਕੋਈ ਉਹਨਾਂ ਦਾ ਅੰਕੜਾ ਇਹ ਹੈ ਵੀ ਉਦੋਂ ਇੰਨਾ ਬੰਦਾ ਸੀ ਤੇ ਉਹ ਗੱਲ ਕਹਿੰਦੀ ਹੈ ਪਰ ਮੈਨੂੰ ਲੱਗਦਾ ਮੋٹے ਤੌਰ ਤੇ ਇਹਦਾ ਕੋਈ ਨਾ ਕੋਈ ਹੱਲ ਨਿਕਲੂਗਾ ਤੱਕੇ ਨਾਲ ਪੰਜਾਬ ਚੋ ਐਸੋਐਲ ਬਣਾਉਣ ਬਾਰੇ ਸੋਚਿਆ ਹੀ ਨਹੀਂ ਜਾ ਸਕਦਾ ਬਿਲਕੁਲ ਤੱਕੇ ਨਾਲ ਤਾਂ ਪੰਜਾਬ ਤੋਂ ਨਹੀਂ ਤੁਸੀਂ ਐਸੋਐਲ ਨਹਿਰ ਲੈ ਸਕਦੇ ਨਹੀਂ ਪਾਣੀ ਲੈ ਸਕਦੇ ਹਾਂ ਕਿ ਇਹ ਪੰਜਾਬੀਆਂ ਤੋਂ ਕਹਿੰਦੇ ਪਿਆਰ ਨਾਲ ਚਾਹੇ ਜਾਨ ਲੈ ਲਓ ਇਹ ਵੱਖਰਾ ਸਵਾਲ ਆ ਪਰ ਜਿਹੋ ਜਿਹੀ ਧੱਕੇਸ਼ਾਹੀ ਜੇਕਰ ਹੋਣ ਦਾ ਖਤਸਾ ਹੈ ਕੋਰਟ ਦੇ ਫੈਸਲੇ ਤੇ ਆੜ ਦੇ ਵਿੱਚ ਜੇਕਰ ਪੰਜਾਬ ਨਾਲੇ ਤੱਕਾ ਹੁੰਦਾ ਹੈ ਤਾਂ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਮਾਹੌਲ ਨਾ ਵਿਗੜ ਜਾਵੇ ਤੇ ਸਰਕਾਰਾਂ ਤੱਕ ਨੂੰ ਆਪਣੇ ਕੁਰਸੀਆਂ ਛੱਡਣੀਆਂ ਪੈ ਸਕਦੀਆਂ ਉਹ ਤੋਂ ਬਾਅਦ ਮਾਹੌਲ ਕਿ ਹੋਊਗਾ ਚਿੰਤਾ ਵਾਲਾ ਸਵਾਲ ਆ ਪਰ 4 ਮਹੀਨੇ ਲਈ ਜਿਵੇਂ ਸਾਡੇ ਮਾਹਿਰ ਮਹਿਮਨ ਤਲੋਚਤ ਸਿੰਘ ਦਾ ਕਹਿਣਾ ਕਿ ਮਸੀਬਤ ਟਲੀ ਹੈ ਖਤਮ ਨਹੀਂ ਹੋਈ ਤੇ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਹੋਏਗਾ ਇਸ ਮੁੱਦੇ ਤੇ ਜਾਂ ਹੋਰ ਨਵੇਂ ਮੁੱਦੇ ਤੇ ਜਿਹੜਾ ਵੀ ਮੁੱਦਾ ਹੋਏਗਾ ਪਰ ਫਿਰ ਕਰਾਂਗੇ ਚਰਚਾ ਨਵੇਂ ਮਹਿਮਾਨ ਨਾਲ ਨਵੇਂ ਵਿਸ਼ੇ ਤੇ ਕਰਾਂਗੇ ਗੱਲਬਾਤ ਤੁਸੀਂ ਦੇਖਦੇ ਰਹੋ ਵੀਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ